ਗਲੋਬਲ ਪੰਜਾਬ ਟੀਵੀ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਜਗਤਾਰ ਸਿੰਘ ਸਿੱਧੂ ਵੱਲੋਂ ਨਜ਼ਰੀਆ ਦੀ ਡਿਬੇਟ 'ਚ ਸਵਾਗਤ ਹੈ। ਪੰਜਾਬ 'ਚ ਦੁਆਬਾ ਅੰਦਰ ਸ਼ਾਹਕੋਟ ਵਿਧਾਨ ਸਭਾ ਦੀ ਜਿਹੜੀ ਉਪ ਚੋਣ ਆਈ ਹੈ ਉਸਨੇ ਪੰਜਾਬ ਦੇ ਰਾਜਸੀ ਅਖਾੜੇ ਨੂੰ ਇੱਕ ਵਾਰ ਪੂਰੀ ਤਰ੍ਹਾਂ ਮੰਗਾ ਦਿੱਤਾ। ਜੇ ਆਪਾਂ ਰਾਜਸੀ ਪਾਰਟੀਆਂ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਇਹਨਾਂ ਤੋਂ ਇਲਾਵਾ ਵੀ ਕੁਝ ਹੋਰ ਪਾਰਟੀਆਂ ਨੇ ਜਾਂ ਜਥੇਬੰਦੀਆਂ ਨੇ ਗੱਠਜੋੜ ਖੜ੍ਹੇ ਕਰਕੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹੈ। ਕਈ ਗੱਲਾਂ ਤੋਂ ਇਲੈਕਸ਼ਨ ਦੀ ਬੜੀ ਮਹੱਤਤਾ ਹੈਗੀ ਹੈ। ਸੁਭਾਵਿਕ ਹੈ ਕਿ ਇਲੈਕਸ਼ਨ ਉਸ ਮੌਕੇ 'ਤੇ ਆ ਰਹੀ ਹੈ ਜਦੋਂ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਆ ਪੰਜਾਬ 'ਚ ਉਹਨੇ ਆਪਣਾ ਇੱਕ ਸਾਲ ਮੁਕੰਮਲ ਕੀਤਾ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਉਹਨਾਂ ਲਈ ਇਲੈਕਸ਼ਨ ਦੀ ਅਹਿਮੀਅਤ ਇਸ ਕਰਕੇ ਰੱਖਦੀ ਹੈ ਕਿ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਇਲੈਕਸ਼ਨ ਸੀ ਜਿਸ ਤਰੀਕੇ ਦੇ ਨਾਲ ਇਸ ਗੱਠਜੋੜ ਨੂੰ ਜ਼ਬਰਦਸਤ ਝਟਕਾ ਲੱਗਿਆ, ਸ਼ਾਇਦ ਇਹ ਧਿਰ ਚਾਹੇਗੀ ਕਿ ਆਪਣਾ ਅਕਸ ਜਿਹੜਾ ਹੈਗਾ ਉਭਾਰ ਸਕਣ। ਤੀਜੀ ਜਥੇਬੰਦੀ ਪੰਜਾਬ ਦੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਪਿਛਲੀਆਂ ਇਲੈਕਸ਼ਨ ਦੇ ਵਿੱਚ ਦੂਜੀ ਧਿਰ ਦੇ ਤੌਰ 'ਤੇ ਮੁੱਖ ਵਿਰੋਧੀ ਧਿਰ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਈ ਹੈ, ਉਹਦਾ ਆਪਣਾ ਵਿਕਾਰ ਦਾਤ ਹੈ। ਇਹਨਾਂ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਪੈਨਲ 'ਤੇ ਜਿਹੜੇ ਇਸ ਵੇਲੇ ਵਿਸ਼ੇਸ਼ ਮਹਿਮਾਨ ਜੁੜੇ ਨੇ, ਸਾ ਹਰਜੀਤ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਮਹੰਤ ਹਰਵਿੰਦਰ ਸਿੰਘ ਖਨੌੜਾ, ਜਨਰਲ ਸਕੱਤਰ ਕਾਂਗਰਸ ਪਾਰਟੀ। ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਬੁੱਧੀਜੀਵੀ ਵਿੰਗ ਹੈਗਾ ਡਾਕਟਰ ਪੀ ਮਹਿੰਦਰ, ਤਿੰਨੇ ਮਹਿਮਾਨਾਂ ਨੂੰ ਮੈਂ ਪੈਨਲ 'ਤੇ ਆਉਣ ਦੇ ਲਈ ਜੀ ਆਖਦਾ, ਵੈਲਕਮ ਕਰਦਾ। ਗੁਰਪਾਲ ਸਾਹਿਬ, ਜਿਸ ਮੁੱਦੇ 'ਤੇ ਆਪਾਂ ਚਰਚਾ ਕਰ ਰਹੇ ਹਾਂ, ਪੰਜਾਬ ਦੀ ਜਿਹੜੀ ਉਪ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਜਿਹੜੀ ਆ ਰਹੀ ਹੈ, ਉਸ ਨੂੰ ਮੁੱਖ ਜਿਹੜੀਆਂ ਪੋਲੀਟੀਕਲ ਧਿਰਾਂ ਪੰਜਾਬ 'ਚ ਇਸ ਵੇਲੇ ਮੈਦਾਨ 'ਚ ਉਤਰ ਰਹੀਆਂ, ਕਿਵੇਂ ਸਮਝ ਆਉਂ ਕਿ ਪਹਿਲੇ ਪਲਾਜ ਜੇ ਆਪਾਂ ਦੇਖੀਏ ਜਿਹੜੇ ਉਹਨਾਂ ਨੇ ਉਮੀਦਵਾਰਾਂ ਦੀ ਚੋਣ ਕੀਤੀ ਹੈ, ਹਰ ਪਾਰਟੀ ਦਾ ਆਪਣਾ ਆਪਣਾ ਅਧਿਕਾਰ ਹੁੰਦਾ, ਤੁਹਾਨੂੰ ਲੱਗਦਾ ਕਿ ਉਹਦੇ ਮੁਤਾਬਕ ਜਿਹੜੇ ਹੈਗਾ ਕਿਹੋ ਜਿਹਾ ਰਾਜਸੀ ਸੀਨ ਉੱਭਰ ਕੇ ਸਾਹਮਣੇ ਆਏਗਾ? ਇਸ ਤਰ੍ਹਾਂ ਜਿਹੜਾ ਉਮੀਦਵਾਰਾਂ ਦਾ ਲਈ ਤਾਂ ਅਕਾਲੀ ਭਾਜਪਾ ਦਾ ਉਮੀਦਵਾਰ ਜਿਹੜਾ ਉਹ ਤਾਂ ਨੈਚੁਰਲ ਵੇ ਨਾਲ ਹੀ ਆਇਆ ਅਤੇ ਉਹਦੇ ਪਿਤਾ ਜੀ ਸਵਰਗੀ ਜਿਹੜੇ ਸਰਦਾਰ ਅਜੀਤ ਸਿੰਘ ਕੁਹਾੜ ਸੀ ਜੀ, ਉਹਨਾਂ ਦਾ ਦੇਹਾਂਤ ਹੋ ਗਿਆ। ਪੰਜ ਵਾਰ ਉੱਥੋਂ ਵਿਧਾਇਕ ਰਹੇ ਜੀ ਔਰ ਲੋਕਾਂ ਨੇ ਉਹਨੂੰ ਬੜਾ ਪਿਆਰ ਸਤਿਕਾਰ ਦਿੱਤਾ ਅਤੇ ਨਿਸ਼ਚਿਤ ਸੀ ਕਿ ਉਹਨਾਂ ਦੇ ਬੇਟੇ ਨੇ ਮੈਦਾਨ 'ਚ ਆਉਣਾ ਸੀ, ਉਹਨਾਂ ਦੇ ਨਾਲ ਉਹ ਮਦਦ ਵੀ ਕਰਦਾ ਰਿਹਾ। ਔਰ ਦੂਸਰਾ ਜਿਹੜਾ ਕਾਂਗਰਸ ਦੀ ਤਰਫੋਂ ਉਮੀਦਵਾਰ ਆਇਆ ਉਹ ਬੜਾ ਕੰਟਰੋਵਰਸ਼ੀਅਲ ਹੋ ਗਿਆ, ਉਹ SHO ਦੇ ਨਾਲ ਮੁਕੱਦਮਾ ਦਰਜ ਹੋਣ ਕਰਕੇ ਔਰ ਇਲੀਗਲ ਮਾਈਨਿੰਗ ਦੀ ਵਜ੍ਹਾ ਕਰਕੇ ਅਤੇ ਉਹਦੇ 'ਤੇ ਉਸ ਪਰਿਵਾਰ ਦਾ ਵੀ ਬੈਕਗਰਾਊਂਡ ਪਿਛੋਕੜ ਦਾ, ਲਾਡੀ ਪਰਿਵਾਰ ਦਾ ਵੀ ਕਾਂਗਰਸ ਦੇ ਤੌਰ 'ਤੇ ਕਾਫੀ ਮੰਨਿਆ। ਬਿਲਕੁਲ ਹੈ, ਪਰ ਜਦੋਂ ਕੋਈ ਇੰਡੀਵਿਜੁਅਲ ਇੱਦਾਂ ਕੰਟਰੋਵਰਸ਼ੀਅਲ ਹੋ ਜਾਂਦਾ ਤਾਂ ਰਾਜਨੀਤਿਕ ਦਲਾਂ ਨੂੰ ਉਹਦੇ 'ਤੇ ਸੋਚਣਾ ਹੁੰਦਾ। ਓਕੇ, ਤੀਸਰਾ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਉੱਥੇ ਉਤਾਰਿਆ ਜੀ ਜੀ, ਉਹ ਦੁਬਈ ਬੇਸਡ ਹੈ, ਅੱਛਾ ਪੈਸੇ ਵਾਲਾ ਵੀ ਹੈ ਅਤੇ ਉਹਨਾਂ ਨੇ ਇਸ ਕਰਕੇ ਉਤਾਰਿਆ ਤਾਂ ਆਮ ਅਹਿਮੀਅਤ ਦੋ ਹੀ ਉਮੀਦਵਾਰਾਂ ਦੀ ਹੈ ਉੱਥੇ ਮੈਦਾਨ ਦੇ ਅੰਦਰ, ਇੱਕ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਔਰ ਦੂਸਰਾ ਜਿਹੜਾ ਹੈ ਕਾਂਗਰਸ ਦਾ। ਗਰੇਵਾਲ ਜੀ, ਬਿਲਕੁਲ ਤੁਹਾਡੀ ਆਪਣੀ ਰਾਏ ਆ, ਪਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਸਦਨ ਦੇ ਅੰਦਰ ਮੁੱਖ ਵਿਰੋਧੀ ਧਿਰ ਦੇ ਤੌਰ 'ਤੇ ਹੈਗੀ ਹੈ, ਉਹਦਾ ਉਮੀਦਵਾਰ ਸਰਪੰਚ ਵੀ ਰਿਹਾ, ਉਹਦਾ ਇੱਕ ਆਪਣਾ ਵੀ ਦਾਰ ਹੈ, ਬੇਸ਼ੱਕ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਸਾਡੇ ਨਾਲ ਹਾਜ਼ਰ ਨੇ, ਜਵਾਬ ਦੇਣਗੇ ਇਸ ਮੁੱਦੇ 'ਤੇ, ਪਰ ਇਹ ਗੱਲ ਆਪਾਂ ਕਿਵੇਂ ਪਹਿਲਾਂ ਹੀ ਫੈਸਲਾ ਕਰ ਸਕਦੇ ਹਾਂ ਕਿ ਲੜਾਈ ਜਿਹੜੀ ਹੈਗੀ ਆ ਅਕਾਲੀ ਦਲ ਔਰ ਕਾਂਗਰਸ ਦੇ ਵਿਚਕਾਰ ਹੈ? ਸਰਪੰਚ ਦਾ ਮਸਲਾ ਨਹੀਂ ਹੁੰਦਾ, ਇੱਕ ਪਾਰਟੀ ਦਾ ਆਪਣਾ ਬੇਸ ਵੀ ਹੁੰਦਾ ਜੀ, ਉਹ ਆਧਾਰ ਜਿਹੜਾ ਗ੍ਰਾਸ ਰੂਟ ਲੈਵਲ 'ਤੇ, ਅਜੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਉਸ ਤਰ੍ਹਾਂ ਨਹੀਂ ਵਿਚਰੀ ਹੈ। ਇਹ ਠੀਕ ਆ ਕਿ ਉਸ ਵੇਲੇ ਇੱਕ ਐਂਟੀ ਇਨਕੰਬੈਂਸੀ ਸੀਗੀ ਔਰ ਕਾਂਗਰਸ 'ਤੇ ਵੀ ਲੋਕ ਪੂਰਾ ਪਹਿਲਾਂ ਵਿਸ਼ਵਾਸ ਨਹੀਂ ਕਰ ਪਾ ਰਹੇ ਜੀ, ਉਹ ਤਾਂ ਆਖਰੀ ਕੁਛ ਘਟਨਾਵਾਂ ਹੋਈਆਂ ਕਿ ਕਾਂਗਰਸ ਨੂੰ ਬਹੁਮਤ ਮਿਲ ਗਿਆ ਅਤੇ ਆਮ ਆਦਮੀ ਪਾਰਟੀ ਪਿਛੜ ਗਈ, ਨਹੀਂ ਤਾਂ ਪਹਿਲਾਂ। ਚਲੋ, ਤੁਹਾਡੀ ਤੁਹਾਡੀ ਆਪਣੀ ਰਾਏ ਗਰੇਵਾਲ ਜੀ, ਬਿਲਕੁਲ ਜਿਹੜਾ ਹੈਗਾ ਖਨੌੜਾ ਜੀ, ਤੁਸੀਂ ਕਿਵੇਂ ਦੇਖਦੇ ਹੋ ਜਿੱਦਾਂ ਗਰੇਵਾਲ ਜੀ ਨੇ ਕਿਹਾ ਕਿ ਲਾਡੀ ਜਿਹੜੇ ਹੈਗੇ ਆ ਕੰਟਰੋਵਰਸਲ ਜਿਹੜੇ ਉਮੀਦਵਾਰ ਰਹੇ ਆ, ਸਮਝਿਆ ਕਿ ਸਾਡੀ ਸੁਭਾਵਿਕ ਤੌਰ 'ਤੇ ਲਗਾਤਾਰ ਜਿਹੜਾ ਕੁਹਾੜ ਪਰਿਵਾਰ ਆ ਪਿਛਲੀਆਂ 5 ਇਲੈਕਸ਼ਨ ਜਿੱਦਾਂ ਆ ਰਿਹਾ? ਨਹੀਂ, ਜਿਹੜੇ ਸਾਡੇ ਸਰਦਾਰ ਹਰਦੇਵ ਸਿੰਘ ਜੀ ਲਾਡੀ ਜੀ, ਜਿਹੜੀ ਉਹਨਾਂ ਨੇ ਪਿੱਛੇ ਜਿਹੜੀ ਚੋਣ ਲੜੀ ਸੀ ਤਕਰੀਬਨ ਬਹੁਤ ਵਧੀਆ, ਉੱਥੇ ਜਿਹੜੀ ਉਹਨਾਂ ਨੇ ਚੋਣ ਦੇ ਵਿੱਚ ਕੰਮ ਕੀਤਾ ਤਕਰੀਬਨ 5,000 ਵੋਟ ਦੇ ਉੱਪਰ, ਬਿਲਕੁਲ 5,000 ਦਾ ਮਾਰਜਨ ਸੀ, ਮਾਰਜਨ ਸੀ ਉਹ ਉਸ ਸਮੇਂ ਤੋਂ ਹੀ ਜਿਹੜੀ ਪੂਰੀ ਇਲਾਕੇ ਦੇ ਵਿੱਚ ਤਨਦੇਹੀ ਦੇ ਨਾਲ ਜਿਹੜੀ ਪੰਜਾਬ ਸਰਕਾਰ ਦੀ ਜਿੰਨੀਆਂ ਵੀ ਪਾਲਿਸੀਆਂ ਨੇ ਜੀ ਜੀ, ਉਹ ਬੜੇ ਚੰਗੇ ਤਰੀਕੇ ਦੇ ਨਾਲ ਉਹਨਾਂ ਨੇ ਪੇਸ਼ ਕੀਤੀਆਂ ਨੇ, ਇਹਦੀ ਬਦੌਲਤ ਸਾਨੂੰ ਪੂਰੀ ਉਮੀਦ ਆ ਕਹਿਣ ਅਸੀਂ ਵੱਡੇ ਮਾਰਜਨ ਦੇ ਉੱਤੇ ਜਿਹੜੀ ਇਹ ਸੀਟ ਜਿੱਤ ਕੇ ਆਵਾਂਗੇ। ਜਿਹੜੀ ਤੁਸੀਂ ਗੱਲ ਤੁਸੀਂ ਕਹਿ ਰਹੇ ਹੋ ਕੰਟਰੋਵਰਸੀ ਦੀ, ਉਹ ਦੇਖੋ ਆਪਾਂ ਨੂੰ ਸਾਰੀਆਂ ਪਾਰਟੀਆਂ ਦੇ ਵਿੱਚ ਹੁੰਦਾ, ਉਹ ਪਾਰਟੀ ਦੇ ਉੱਤੇ ਪਲੈਨਿੰਗ ਸੀ, ਤੁਸੀਂ ਬਾਜਵਾ ਸਾਹਿਬ ਦੀ ਇੰਸਪੈਕਟਰ ਦੀ ਜਿਹਨੇ ਪਰਚਾ ਦਰਜ ਕੀਤਾ ਉਹਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ, ਤਕਰੀਬਨ ਉਹ ਬੰਦਾ ਡਿਪਰੈਸ਼ਨ ਦੇ ਵਿੱਚ ਆਪ ਹੀ ਦਵਾਈ ਖਾ ਰਿਹਾ ਸੀ, 170 ਦਿਨ ਤੋਂ ਉਹ ਬੰਦਾ ਜਲੰਧਰ ਦੇ ਹੋਸਪਿਟਲਾਂ ਦੇ ਵਿੱਚ ਦਵਾਈ ਖਾ ਰਿਹਾ ਸੀ। ਜਿਹੜਾ ਬੰਦਾ ਇੱਕ ਇੰਨਾ ਜ਼ਿੰਮੇਵਾਰ ਹੁੰਦਾ ਹੋਇਆ ਉਹਨੂੰ ਇਹ ਨਹੀਂ ਪਤਾ ਮੈਂ ਵੈਪਨ ਰੱਖ ਕੇ ਇੱਕ ਸੈਸ਼ਨ ਕੋਰਟ ਦੇ ਵਿੱਚ ਉਹ ਬੰਦਾ ਇੱਕ ਉੱਥੇ ASC ਨੂੰ ਧੱਕਾ ਮਾਰ ਕੇ ਅੰਦਰ ਵੜ ਗਿਆ, ਜਾਂ ਉਹਨਾਂ ਨੇ ਮਹਾਰਾਜ ਸਾਹਿਬ ਬਾਰੇ ਬੋਲਿਆ, ਆਪਣੇ SSP ਸਾਹਿਬ ਬਾਰੇ ਬੋਲਿਆ,
आई जी साहब बारे बोलिया, एक जिम्मेवार बंदे नूं बिल्कुल शोभा नहीं दिंदा। ना ही मैं तुहानूं सिद्धू साहब गल कहनी चाहुंदा, जिहड़ियां इह यूनीफॉर्म जिहड़ियां अपने पुलिस फोर्स ने इहनां विच डिसिप्लिन जिहड़ा इक बहुत ही जरूरी हुंदा जी। सब तों पहलां जे डिसिप्लिन भंग करदे ने ਤਾਂ ਇਹਨਾਂ ਦੇ ਉੱਪਰ ਜਿਹੜੀ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਇਨਕੁਆਇਰੀ ਕਰਕੇ, ਅਤੇ ਇਹਨੇ ਤਾਂ ਸਟਾਰਟਿੰਗ ਤੋਂ ਐਂਡ ਤੱਕ ਇਨਕੁਆਇਰੀਆਂ ਜਿਹੜੀਆਂ ਆਪਣੀਆਂ ਇਹਨੇ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਏ, ਆਊਟ ਆਫ ਦੀ ਵੇ ਨੇ ਜਿਹੜੇ ਪਰਚੇ ਹੋਣੇ ਜੀ। ਬਿਲਕੁਲ ਜਿਹੜਾ ਕਿ ਤੁਸੀਂ ਕਹਿੰਦੇ ਕਿ ਡਿਸਿਪਲਿਨ ਫੋਰਸ ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ, ਪਰ ਗਰੇਵਾਲ ਜੀ ਦਾ ਕਹਿਣਾ ਹੈ ਕਿ ਇਹਦੇ ਨਾਲ ਜਿਹੜਾ ਖਨਣ ਦਾ ਮੁੱਦਾ ਸੀ ਦੂਜੇ ਉਹਨਾਂ ਨੂੰ ਲੈ ਕੇ ਵੀ ਉਹ ਉਮੀਦਵਾਰ ਕਾਂਗਰਸ ਦਾ ਕੰਟਰੋਵਰਸਲ ਹੈ, ਵਿਰੋਧੀ ਧਿਰ ਦਾ ਦਾਅਵਾ ਹੈ। ਨਹੀਂ ਨਹੀਂ ਤੁਸੀਂ ਦੇਖੋ ਜਿਹੜੀ ਉੱਥੇ ਜਿਹੜੀ ਮੈਨਿੰਗ ਦੀ ਜਿਹੜੀ ਉਹਨੇ ਲਿਖੀ ਆ ਚੋਣ ਕਮਿਸ਼ਨ ਕੋਲ ਕੰਪਲੇਂਟ ਗਈ, ਉਸ ਤੋਂ ਰਿਪੋਰਟ ਮੰਗੀ ਗਈ, ਅਤੇ ਜਿਹੜੀ ਉਹਨੇ ਪਰਚਾ ਰਜਿਸਟਰ 4:26 'ਤੇ ਉਹ ਪਰਚਾ ਦਰਜ ਕਰ ਰਿਹਾ, ਜਦਕਿ ਐਸ ਐੱਚ ਓ ਉਸ ਟਾਈਮ ਥਾਣੇ ਦੇ ਵਿੱਚ ਹਾਜ਼ਰ ਵੀ ਨਹੀਂ ਸੀ, ਅਤੇ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ। ਬਾਕੀ ਜਿਹੜੀ ਮੈਨਿੰਗ ਵਾਲੀ ਜਿਹੜੀ ਉਹ ਸਟਿੰਗ ਆਪਰੇਸ਼ਨ ਦਿਖਾਇਆ ਗਿਆ, ਉਹ ਇੱਕ ਪਾਰਟੀਆਂ ਨੂੰ ਉੱਥੇ ਸਮਝਾ ਰਹੇ ਸੀ, ਗੱਲ ਕਰ ਰਹੇ ਸੀਗੇ, ਉਹਦੇ ਵਿੱਚ ਕੋਈ ਇਹੋ ਜਿਹੀ ਡਿਮਾਂਡ ਨਹੀਂ ਹੈ। ਉਹ ਅਸੀਂ ਵੈਸੇ ਵੀ ਪਰਿਵਾਰਕ ਤੌਰ 'ਤੇ ਅਸੀਂ ਕਹਿੰਦੇ ਵੀ ਯਾਰ ਆਹ ਬੰਦੇ ਨੂੰ ਐਡਜਸਟ ਕਰ ਲਓ, ਕਿਉਂਕਿ ਬੰਦੇ ਪੁਰਾਣੇ ਵੀ ਜੁੜੇ ਹੁੰਦੇ ਨੇ, ਉਹ ਚਾਹੇ ਕਿਸੇ ਪਾਰਟੀ ਨਾਲ ਤਲਕ ਰੱਖਦੇ ਹੋਣ ਜਿਹੜੇ ਪਹਿਲਾਂ ਕੰਮ ਕਰ ਰਹੇ ਨੇ, ਤਾਂ ਉਹਨਾਂ ਨੂੰ ਉਹਦੇ ਵਿੱਚ ਕੋਈ ਪੈਸੇ ਦੀ ਡਿਮਾਂਡ ਦਾਅਵਾ ਕਿ ਕੋਈ ਇਸ ਤਰ੍ਹਾਂ ਦੀ ਉਹਦੇ 'ਚ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ, ਦਾਲ 'ਚ ਕਾਲਾ ਨੋ, ਕੋਈ ਦਾਲ 'ਚ ਕਾਲਾ ਨਹੀਂ। ਓਕੇ ਓਕੇ, ਥੈਂਕ ਯੂ ਵੈਰੀ ਮੱਚ ਡਾਕਟਰ ਭੀਮ ਜੀ। ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ? ਆਮ ਆਦਮੀ ਪਾਰਟੀ ਦਾ ਆਪਣੇ ਤੌਰ 'ਤੇ ਜਿਹੜੀਆਂ ਦੂਜੀਆਂ ਦੋਨੇ ਧਿਰਾਂ ਹੈਗੀਆਂ, ਚਾਹੇ ਕਾਂਗਰਸ ਪਾਰਟੀ ਆ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਹੈ, ਉਹਨਾਂ ਵੱਲੋਂ ਲਗਾਤਾਰ ਇਸ ਗੱਲ ਦਾ ਜਿਹੜਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵੇਲੇ ਰਾਜਸੀ ਜ਼ੀਨ ਤੋਂ ਆਮ ਆਦਮੀ ਪਾਰਟੀ ਪਿੱਛੇ ਹਟ ਰਹੀ ਆ ਔਰ ਉਹਦਾ ਖਮਿਆਜ਼ਾ ਜਿਹੜਾ ਉੱਥੋਂ ਦੇ ਉਮੀਦਵਾਰ ਨੂੰ ਭੁਗਤਣਾ ਪੈ ਸਕਦਾ। ਬਿਲਕੁਲ ਇੱਦਾਂ ਨਹੀਂ ਹੋਏਗਾ। ਮੈਂ ਇੱਕ ਤਾਂ ਇਹ ਗੱਲ ਆਪਣੇ ਦਰਸ਼ਕਾਂ ਨੂੰ ਦੱਸਣੀ ਚਾਹੁੰਦਾ ਕਿ ਰਤਨ ਸਿੰਘ ਜੀ ਜਿਹੜੇ ਉੱਥੇ ਕਾਕੜ ਕਲਾਂ ਦੇ ਸਾਡੇ ਉਮੀਦਵਾਰ ਨੇ ਜੀ, ਬਿਲਕੁਲ, ਉਹ ਇੱਕ ਕਿਰਤੀ ਪਰਿਵਾਰ 'ਚੋਂ ਉੱਠ ਕੇ, ਓਕੇ, ਬਿਲਕੁਲ, ਜਿਨ੍ਹਾਂ ਨੇ ਬਹੁਤ ਵੱਡੇ ਪੱਧਰ 'ਤੇ ਇੰਟਰਨੈਸ਼ਨਲ ਲੈਵਲ 'ਤੇ ਆਪਣਾ ਨਾਮ ਬਣਾਇਆ ਔਰ ਉਹਨਾਂ ਨੇ ਚਾਹੇ ਪੈਸਾ ਵੀ ਕਮਾਇਆ, ਪਰ ਉਹਨਾਂ ਦੀਆਂ ਜਿਹੜੀ ਪਿਛਲੀ ਜ਼ਿੰਦਗੀ ਦਾ ਤਜਰਬਾ ਹੈ ਉਹ ਆਮ ਗਰੀਬ ਲੋਕਾਂ ਨੂੰ ਉਹਨਾਂ ਨੇ ਪਲਾਟ ਵੀ ਵੰਡੇ ਨੇ, ਗਰੀਬ ਲੋਕਾਂ ਲਈ ਕੰਮ ਵੀ ਕੀਤੇ ਨੇ, ਹਸਪਤਾਲ ਵੀ ਖੋਲ੍ਹੇ ਨੇ, ਲਾਇਬ੍ਰੇਰੀਆਂ ਖੋਲ੍ਹੀਆਂ ਨੇ ਪਿੰਡਾਂ ਦੇ ਵਿੱਚ ਜਾ ਕੇ, ਪੂਰਾ ਇੱਕ ਰਿਕਾਰਡ ਹੈ ਉਸ, ਬਿਲਕੁਲ ਸਾਫ਼ ਸੁਥਰੇ ਸਾਡੇ ਜਿਹੜੇ ਉਮੀਦਵਾਰ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਵੇਖ ਚੁੱਕੇ ਹਾਂ, ਇਹ ਲੋਕ ਵੀ ਜਾਣਦੇ ਨੇ ਕਿ ਦੋਨੇ ਧਿਰਾਂ, ਚਾਹੇ ਤੁਸੀਂ ਕਹਾੜ ਸਾਹਿਬ ਦੀ ਗੱਲ ਕਰੋ ਚਾਹੇ ਲਾਡੀ ਸਾਹਿਬ ਦੀ ਗੱਲ ਕਰੋ, ਇਹ ਲੋਕਾਂ ਨੂੰ ਇਹਨਾਂ ਬਾਰੇ ਪਤਾ ਲੱਗ ਚੁੱਕਿਆ। ਪਿਛਲੇ 70 ਸਾਲਾਂ ਦਾ ਜਿਹੜਾ ਕਾਂਗਰਸ ਔਰ ਬੀਜੇਪੀ ਦਾ ਜਿਹੜਾ ਔਰ ਅਕਾਲੀ ਦਲ ਦਾ ਇਤਿਹਾਸ, ਉਸ ਅਸੀਂ ਵੇਖ ਕੇ, ਮੈਂ ਖੁਦ ਵੇਖ ਕੇ ਆਇਆ ਕਿ ਨਾ ਉੱਥੇ ਸੜਕਾਂ ਨੇ ਉਸ ਇਲਾਕੇ ਦੇ ਵਿੱਚ, ਨਾ ਕੋਈ ਹਸਪਤਾਲ ਹੈ, ਨਾ ਕੋਈ ਹੋਰ ਕਿਸੇ ਵੀ ਕਿਸਮ ਦੇ, ਮਤਲਬ ਕੋਈ ਵੀ ਸਹੂਲਤਾਂ ਜਿਹੜੀਆਂ ਨੇ ਉੱਥੇ ਅੱਜ ਤੱਕ ਨਹੀਂ ਹੋਈਆਂ ਔਰ ਸਾਨੂੰ ਪੂਰੀ ਉਮੀਦ ਆ ਕਿ ਲੋਕ ਉੱਥੋਂ ਦੇ ਬਹੁਤ ਸਿਆਣੇ ਨੇ, ਚਤੰਨ ਨੇ ਔਰ ਇਹਦਾ ਜਵਾਬ ਦੇਣਗੇ। ਓਕੇ ਡਾਕਟਰ ਸਾਹਿਬ, ਮੁੱਦੇ ਦੇ ਇੱਕ ਜਵਾਬ ਮੈਂ ਹੋਰ ਤੁਹਾਡੇ ਕੋਲੋਂ ਲੈਣਾ ਚਾਹਾਂਗਾ। ਅੱਜ ਤਾਂ ਗਰੇਵਾਲ ਜਿਵੇਂ ਨਹੀਂ ਕਿਹਾ, ਜੇ ਗੱਲ ਕਰਦੇ ਹਾਂ ਕੁਹਾੜ, ਉਹਨਾਂ ਦਾ ਬੇਟਾ ਜਿਹੜਾ ਉਹ ਵੀ ਆਪਣੇ ਤੌਰ 'ਤੇ, ਲਾਡੀ ਜੀ ਦੋ ਕੈਂਡੀਡੇਟ, ਇਹਨਾਂ ਦਾ ਕਹਿਣਾ ਕਿ ਸਾਡੇ ਜਿਹੜੇ ਬੈਟਰ ਕੈਂਡੀਡੇਟ ਹੈ 5 ਜਿੱਤੇ ਜਿਹੜੇ ਹੈਗਾ, ਇੱਦਾਂ ਲਾਡੀ ਉਹਨਾਂ ਦਾ ਕਹਿਣਾ ਕਿ ਪਿਛਲੀ ਵਾਰੀ ਉਹ ਕੇਵਲ 5,000 ਵੋਟਾਂ 'ਤੇ ਹਾਰਿਆ, ਇਸ ਕਰਕੇ ਆਮ ਨੂੰ ਮੁਸ਼ਕਲ ਆ ਸਕਦੀ। ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਜੇ ਅਸੀਂ ਪਿਛਲੀਆਂ ਚੋਣਾਂ ਦਾ ਦੇਖੀਏ ਰਿਜ਼ਲਟ, ਸਾਡਾ ਬਹੁਤਾ ਕੋਈ ਬਹੁਤਾ ਫਰਕ ਨਹੀਂ ਸੀਗਾ। ਮੇਰਾ ਖਿਆਲ ਹੈ ਕਿ ਜੇ ਤੁਸੀਂ ਐਵਰੇਜ ਦੇਖੋ 3-13 ਲਗਭਗ ਬਰਾਬਰੀ ਸੀਗੀਆਂ ਉੱਥੇ ਸ਼ਾਹਕੋਟ ਦੀਆਂ। ਦੂਸਰੀ ਗੱਲ, ਤੁਸੀਂ ਕੁਹਾੜ ਸਾਹਿਬ ਦੀ ਗੱਲ ਕੀਤੀ ਹੈ, ਕੁਹਾੜ ਸਾਹਿਬ ਦੀ ਡੈਥ ਜਾਂ ਉਹਨਾਂ ਦੀ ਮੌਤ ਨਾ ਹੋਣੀ ਜੇ ਉੱਥੇ ਕੋਈ ਚੰਗਾ ਹਸਪਤਾਲ ਹੁੰਦਾ। ਸਾਡੇ ਬਹੁਤ ਅੱਛੇ ਮਿੱਤਰ ਰਹੇ ਨੇ ਕੁਹਾੜ ਸਾਹਿਬ, ਜੇ ਉੱਥੇ ਕੋਈ ਸਹੂਲਤ ਹੁੰਦੀ ਉਹਨਾਂ ਨੂੰ ਮਿਲ ਸਕਦੀ, ਤਾਂ ਅੱਜ ਅਕਾਲੀ ਦਲ ਨੂੰ ਇਹ ਦਿਨ ਨਹੀਂ ਸੀ ਦੇਖਣੇ ਪੈਣੇ, ਉਹਨਾਂ ਦੀ ਜਾਨ ਬਚ ਸਕਦੀ ਸੀ ਜੀ। ਸੋ ਇੱਥੇ ਸਾਨੂੰ ਪਤਾ ਲੱਗਦਾ ਕਿ ਕੋਈ ਬਹੁਤੀ ਜਿਹੜੀ ਉੱਥੇ ਕਿਸੇ ਕਿਸਮ ਦੀ ਕੋਈ ਸਹੂਲਤ ਜਿਹੜੀ ਹੈ ਲੋਕਾਂ ਨੂੰ ਉਹ ਨਹੀਂ ਦੇ ਪਾਏ, ਜਿਹਦੇ ਕਰਕੇ ਸਾਨੂੰ ਲੱਗਦਾ ਕਿ ਉਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਸਮੇਂ 'ਚ ਮਿਲੇਗਾ। ਗਰੇਵਾਲ ਜੀ, ਇਸ ਮੁੱਦੇ 'ਤੇ ਮੈਂ ਜ਼ਰੂਰ ਜਵਾਬ ਲੈਣਾ ਚਾਹੁੰਦਾ ਕਿ ਕੁਹਾੜ ਸਾਹਿਬ ਦੀ ਡੈਥ ਹੀ ਨਾ ਹੁੰਦੀ ਜਿੱਥੇ ਢੰਗ ਦਾ ਹਸਪਤਾਲ ਹੁੰਦਾ, ਜਿਹੜਾ ਉਮੀਦਵਾਰ ਜਿਹੜਾ ਪਾਰਟੀ ਦਾ MLA ਮਿਨਿਸਟਰ ਰਹੇ, ਕੈਬਨਿਟ ਮਿਨਿਸਟਰ, ਇਹ ਕਹਿੰਦੇ ਕਿ ਉਸ ਹਲਕੇ ਦੀ ਬਹੁਤ ਜ਼ਿਆਦਾ ਮਾੜੀ ਹਾਲਤ ਹੈ, ਜਿਹਦੇ ਕਰਕੇ ਜਿਹੜੇ ਸਾਰਾ ਕੁਝ ਇਸ ਵੇਲੇ ਸਵਾਲ ਖੜ੍ਹੇ ਹੋ ਰਹੇ। ਇਸ ਤਰ੍ਹਾਂ ਵਿਰੋਧੀ ਇਹ ਉਠਾਉਂਦੇ ਆ, ਪਰ ਅਸੀਂ ਜਿਹੜੀ ਦੂਸਰੀ ਇਲੈਕਸ਼ਨ ਜਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜੀ, ਉਹ ਡਿਵੈਲਪਮੈਂਟ ਦੇ ਮੁੱਦੇ 'ਤੇ ਹੀ ਲੜੀ ਸੀ, ਵਿਕਾਸ ਦੇ ਮੁੱਦੇ 'ਤੇ, ਔਰ ਉਹਦੇ 'ਤੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਸੀ। ਗਰੇਵਾਲ ਜੀ, ਵਿਕਾਸ ਦੇ ਮੁੱਦੇ 'ਤੇ ਤੁਸੀਂ ਵੀ ਜਾਣਦੇ ਹੋ, ਸਾਡੇ ਦਰਸ਼ਕ ਵੀ ਜਾਣਦੇ ਆ ਕਿ ਵਿਕਾਸ ਦੇ ਮੁੱਦੇ 'ਤੇ ਅਕਾਲੀ ਦਲ BJP ਨੂੰ ਪੰਜਾਬ ਦੇ ਲੋਕਾਂ ਨੇ ਰੱਦ ਕਰ ਦਿੱਤਾ ਸੀ, ਨਹੀਂ ਜਿੱਤ ਸਕੇ। ਨਹੀਂ ਨਹੀਂ ਨਹੀਂ,
ਹੁਣ ਨਹੀਂ ਜਿੱਤ ਸਕੇ ਹੁਣ ਦੀ ਗੱਲ 5 ਸਾਲ ਤੋਂ ਬਾਅਦ ਜਦੋਂ ਦੁਬਾਰਾ ਆਏ ਸੀ 10 ਸਾਲ ਅਸੀਂ ਰਾਜ ਕੀਤਾ ਲਗਾਤਾਰ ਜੀ ਉਦੋਂ ਅਸੀਂ ਡਿਵੈਲਪਮੈਂਟ ਦੇ ਮੁੱਦੇ 'ਤੇ ਹੀ ਆਏ ਜੇ ਅਸੀਂ ਕੁਝ ਡਿਵੈਲਪਮੈਂਟ ਕੀਤੀ ਸਾਰੇ ਪੰਜਾਬ ਤਦ ਹੀ ਲੋਕਾਂ ਨੇ ਚੁਣਿਆ ਉਸ ਵੇਲੇ ਇਸ ਵੇਲੇ ਸਾਡੇ ਕੁਛ ਨਤੀਜੇ ਹੋਰ ਸੀ ਉਹ ਡਿਵੈਲਪਮੈਂਟ ਨਹੀਂ ਮੁੱਦਾ ਨਹੀਂ ਫੇਲ ਹੋਇਆ ਇਸ ਵਾਰ ਜਿਹੜਾ ਮੁੱਦਾ ਫੇਲ ਹੋਇਆ ਉਹ ਇਹ ਹੋਇਆ ਕਿ ਇਹਨਾਂ ਨੇ ਸਾਡੇ ਖਿਲਾਫ਼ ਨਸ਼ਿਆਂ ਦਾ ਸਾਡੇ ਖਿਲਾਫ਼ ਹੋਰ ਲੈਂਡ ਮਾਫੀਆ ਸੈਂਡ ਮਾਫੀਆ ਕੀ ਇਹਨਾਂ ਨੇ ਮਾਫੀਆ ਕੇਵਲ ਮਾਫੀਆ ਕਰਤਾ ਜਦੋਂ ਕਿ ਹੁਣ ਰੇਤੇ ਦੇ ਭਾਅ ਵੀ ਉਸ ਤੋਂ ਜ਼ਿਆਦਾ ਨੇ ਲੋਕ ਇਹ ਸਮਝਦੇ ਆ ਤੁਸੀਂ ਦੇਖਿਓ ਇਹਨਾਂ ਦਾ ਰਿਜ਼ਲਟ ਨਤੀਜੇ ਜਿਹੜੇ ਉਹ 'ਤੇ ਅਸਰ ਹੋਣਾ ਅੱਜ ਸਿੱਧੂ ਸਾਹਿਬ ਇਹਨਾਂ ਦੇ ਕੈਬਨਿਟ ਮਿਨਿਸਟਰ ਨੇ ਖੁਦ ਰਿਪੋਰਟ ਦਿੱਤੀ ਹੈ ਕਿ ਰੇਤੇ ਦੀ ਟਰਾਲੀ ਅਸੀਂ 1000 ਰੁਪਏ ਦੇਵਾਂਗੇ ਜਦੋਂ ਕਿ ਹੁਣ ਉਹ 1500 ਰੁਪਇਆ ਫਾਲਤੂ ਕਿਉਂ ਲੈਂਦੇ ਆ ਉਹ ਵੀ ਤਾਂ ਆਮ ਜਨਤਾ ਦੇ ਰਹੀ ਹੈ ਉਹਦੀ ਲੁੱਟ ਹੋ ਰਹੀ ਹੈ ਔਰ ਲਗਾਤਾਰ 1.5 ਸਾਲ ਤੋਂ ਹੋ ਰਹੀ ਹੈ ਉਹਨੂੰ ਕਿਉਂ ਨਹੀਂ ਰੋਕ ਲਏ ਇਸ ਕਰਕੇ ਸਭ ਲੋਕਾਂ 'ਤੇ ਅਸਰ ਪੈਣ ਵਾਲਾ ਉੱਥੇ ਗਰੇਵਾਲ ਜੀ ਜਿਹੜਾ ਇਹ ਮੁੱਦਾ ਹੈਗਾ ਰੇਤੇ ਦਾ ਮੁੱਦਾ ਕੋਈ ਨਵਾਂ ਤਾਂ ਉੱਭਰ ਕੇ ਸਾਹਮਣੇ ਨਹੀਂ ਆਇਆ ਤੁਹਾਨੂੰ ਵੀ ਪਤਾ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੂੰ ਵੀ ਇਹਦੇ 'ਚ ਬੁਰੀ ਤਰ੍ਹਾਂ ਸਾਹਮਣਾ ਕਰਨਾ ਪਿਆ ਸੀ ਜੀ ਅਕਾਲੀ ਭਾਜਪਾ ਤੋਂ ਬਾਅਦ ਇਹ ਰੇਤੇ ਦੀਆਂ ਕੀਮਤਾਂ ਅਸਮਾਨ ਚੜੀਆਂ ਨੇ ਉਸ ਤੋਂ ਜ਼ਿਆਦਾ ਬਹੁਤ ਜ਼ਿਆਦਾ ਜੀ ਇਹ ਸਾਡੇ ਵਾਲੇ ਰੇਟ 'ਤੇ ਵੀ ਦੇ ਦਿੰਦੇ ਉਹ ਵੀ ਬਹੁਤ ਅੱਛਾ ਸੀ ਅਤੇ ਹੁਣ ਤਾਂ ਇਹਨਾਂ ਨੇ 1000 ਰੁਪਏ ਦਾ ਐਲਾਨ ਕੀਤਾ ਘੋਸ਼ਣਾ ਕੀਤੀ ਹੈ ਅਤੇ ਫਿਰ ਇਹ 1.5 ਸਾਲ ਦਾ ਜਿਹੜਾ ਇਹਨਾਂ ਦਾ ਟੈਨੋਰ ਨਿਕਲ ਗਿਆ ਪੀਰੀਅਡ ਉਹਦਾ ਵੀ ਵਾਪਸ ਕਰਨਾ ਚਾਹੀਦਾ ਜਿਹੜੀ 1000 ਕਰੋੜ ਦੀ ਲੁੱਟ ਜਨਤਾ ਦੀ ਹੋ ਗਈ ਹੈ ਜੀ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਬੀਜੇਪੀ ਦੇ ਜਿਹੜੇ 10 ਸਾਲ ਦਾ ਜਿਹੜਾ ਪੀਰੀਅਡ ਹੈ ਉਹਦਾ ਹਿਸਾਬ ਕਿਤਾਬ ਕਾਂਗਰਸ ਪਾਰਟੀ ਨੂੰ ਦੇਣਾ ਬਣਦਾ ਹੈ ਉਹਦਾ ਕਾਂਗਰਸ ਨੂੰ ਨਹੀਂ ਦੇਣਾ ਬਣਦਾ ਜੀ ਇਹਨਾਂ ਨੂੰ ਆਪਦੇ 1.5 ਸਾਲ ਦਾ ਦੇਣਾ ਬਣਦਾ ਜੀ ਉਹ ਤਾਂ ਦੇਣਗੇ ਨਾ ਓਕੇ ਇਹ ਕਹਿੰਦੇ ਕਿ ਪਿਛਲਾ ਜਿਹੜਾ ਵਿਗੜਿਆ ਵਾ ਹਾਲਾਤ ਹੈ ਉਹਨਾਂ ਨੂੰ ਅਸੀਂ ਠੀਕ ਕਰਨ ਲੱਗੇ ਹੋਏ ਹਾਂ ਜਿਹਦੀ ਵਜ੍ਹਾ ਕਰਕੇ ਦਿੱਕਤ ਠੀਕ ਕਰਦੇ ਕਰਦੇ ਅਸਮਾਨ 'ਤੇ ਕੀਮਤਾਂ ਚੜ ਗਈਆਂ ਚਲੋ ਓਕੇ ਥੈਂਕ ਯੂ ਵੈਰੀ ਮੱਚ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਅਸੀਂ ਚਰਚਾ ਕਰ ਰਹੇ ਹਾਂ ਕਿ ਸ਼ਾਹਕੋਟ ਦੀ ਜਿਹੜੀ ਵਿਧਾਨ ਸਭਾ ਦੀ ਉਪ ਚੋਣ ਹੈਗੀ ਹੈ ਉਹਦੇ 'ਚ ਪੋਲੀਟੀਕਲ ਪਾਰਟੀਆਂ ਕਿਸ ਤਰ੍ਹਾਂ ਦੇ ਮੁੱਦੇ ਉਠਾ ਰਹੀਆਂ ਆਖਰ ਜਿਸ ਦਿਨ ਵੋਟਾਂ ਪੈਣਗੀਆਂ ਤਾਂ ਪੰਜਾਬੀ ਕਿਸ ਦੇ ਹੱਕ 'ਚ ਦੇਣਗੇ ਫਤਵਾ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਦੇ ਬਾਅਦ ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ ਅਸੀਂ ਚਰਚਾ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੀ ਉਪ ਚੋਣ ਸ਼ਾਹਕੋਟ ਉਸਦੇ ਬਾਰੇ 'ਚ ਕਿਵੇਂ ਸੋਚਦੇ ਆ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਖੁਣਾ ਸਾਹਿਬ ਜਿਸ ਮੁੱਦੇ 'ਤੇ ਚਰਚਾ ਕਰ ਰਹੇ ਹਾਂ ਖਾਸ ਤੌਰ 'ਤੇ ਜਿੱਦਾਂ ਆਮ ਆਦਮੀ ਪਾਰਟੀ ਵੱਲੋਂ ਵੀ ਕਿਹਾ ਜਾ ਰਿਹਾ ਔਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਲੱਗ ਰਿਹਾ ਕਿ ਜਿਹੜਾ ਪਿਛਲੇ 10 ਸਾਲ ਇਹਨਾਂ ਦਾ ਦਾਅਵਾ ਕਿ ਅਸੀਂ ਜੋ ਵਿਕਾਸ ਕੀਤਾ ਹੁਣ ਜਿਹੜਾ 1.5 ਸਾਲ ਦਾ ਹਿਸਾਬ ਕਿਤਾਬ ਹੈ ਉਹਦੇ ਦੌਰਾਨ ਲੋਕ ਦੇਖਣਗੇ ਕੰਪੈਰੀਜ਼ਨ ਕਰਨਗੇ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਵਿਕਾਸ ਕੀਤਾ ਸੀ ਜਾਂ ਹੁਣ ਜਿਹੜਾ ਲੋਕਾਂ ਨੇ ਬਿਹਤਰ ਰਾਜ ਲਿਆਂਦਾ ਹੈ ਦੇਖੋ ਗੱਲ ਇਹ ਹੈ ਸਿੱਧੂ ਸਾਹਿਬ ਇਹ ਕਿਸੇ ਤੋਂ ਕੋਈ ਗੱਲ ਲੁਕੀ ਵੀ ਨਹੀਂ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਅਕਾਲੀ ਬੀਜੇਪੀ ਦੀ ਸਰਕਾਰ ਰਹੀ ਹੈ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਤਾ ਤੁਸੀਂ ਸਰਕਾਰੀ ਪ੍ਰੋਪਰਟੀਆਂ ਨੇ ਜਿਹੜੀਆਂ ਉਹ ਗਿਰਵੀ ਰੱਖਤੀਆਂ ਪੰਜਾਬ ਦੇ ਜਿਹੜੇ ਹਾਲਾਤ ਚਾਹੇ ਅੱਜ ਰੇਤੇ ਦੀ ਤੁਸੀਂ ਗੱਲ ਕਰਦੇ ਹੋ ਰੇਤੇ ਵਜਰੀ ਚਾਹੇ ਤੁਸੀਂ ਕੇਬਲ ਦੀ ਗੱਲ ਕਰਦੇ ਹੋ ਚਾਹੇ ਤੁਸੀਂ ਐਡਮਿਨਿਸਟ੍ਰੇਸ਼ਨ ਦੀ ਕਹਿੰਦੇ ਹੋ ਚਾਹੇ ਅੱਜ ਪੁਲਿਸ ਦਾ ਸਿਆਸੀਕਰਨ ਦੀ ਗੱਲ ਕਰਦੇ ਹਾਂ ਇਹ ਇਹਨਾਂ ਦੇ ਰਾਜ ਦੇ ਵਿੱਚ ਇੰਨਾ ਜ਼ਿਆਦਾ ਖਰਾਬ ਹੋ ਗਿਆ ਅੱਜ 10 ਸਾਲ ਦਾ ਜਿਹੜਾ ਪੰਜਾਬ ਬਰਬਾਦੀ ਵਾਲੇ ਪਾਸੇ ਗਿਆ ਵਾ ਸੀ ਉਹਨੂੰ ਅਜੇ ਮਹਾਰਾਜਾ ਕੈਪਟਨ ਅਮਰਿੰਦਰ ਦੀ ਸਰਕਾਰ ਬਣਿਆ 1 ਸਾਲ ਦੇ ਤਕਰੀਬ ਹੋਇਆ 1-2 ਮਹੀਨੇ ਉੱਪਰ ਹੀ ਲੰਘੇ ਅਤੇ ਉਹਦੇ ਵਿੱਚ ਤੁਸੀਂ ਦੇਖੋ ਹੁਣ ਕਿੰਨੀ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਕਰੋੜਾਂ ਰੁਪਈਆ ਜਿਹੜਾ ਰੂਰਲ ਏਰੀਏ ਦੇ ਵਿੱਚ ਖਨੌੜਾ ਜੀ ਮੈਂ ਤੁਹਾਨੂੰ ਵਿੱਚੋਂ ਟੋਕ ਕੇ ਜਿਹੜਾ ਗਰੇਵਾਲ ਉਹਨਾਂ ਦਾ ਕਹਿਣਾ ਹੈ ਇਹਨਾਂ ਦਾ ਦਾਅਵਾ ਹੈ ਕਿ ਜਿਹੜਾ ਤੁਹਾਡਾ 1.5 ਸਾਲ ਜਿਹੜਾ ਪਹੁੰਚਣ ਲੱਗਿਆ ਉਹਦੇ ਦੌਰਾਨ ਰੇਤੇ ਬਜਰੀ ਦੇ ਰੇਟ ਵੀ ਵੱਧ ਗਏ ਹੈ ਔਰ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਅਸੀਂ ਹੁਣ ਵੀ ਉਹਨਾਂ ਏਰੀਆ 'ਚ ਜਾ ਕੇ ਆਏ ਹਾਂ ਜਿੱਥੇ ਸੜਕਾਂ ਦਾ ਬੁਰਾ ਹਾਲ ਹੈ ਔਰ ਵਿਕਾਸ ਨਾਂ ਦੀ ਕੋਈ ਗੱਲ ਨਹੀਂ ਹੈ ਬਿਲਕੁਲ ਗਲਤ ਗੱਲ ਆ ਤੁਸੀਂ ਸੜਕਾਂ ਦਾ ਸਾਰੇ ਕਿਤੇ ਕੰਮ ਚੱਲ ਰਿਹਾ ਤੁਸੀਂ ਪੰਜਾਬ ਦੇ ਵਿੱਚ ਕਿਉਂਕਿ ਪਿਛਲੇ ਜਿਹੜੇ 10 ਸਾਲਾਂ ਦੇ ਵਿੱਚ ਨੁਕਸਾਨ ਹੀ ਇੰਨਾ ਹੋ ਚੁੱਕਿਆ ਜਿਹੜੇ ਰੇਤੇ ਬਜਰੀ ਦੀ ਗੱਲ ਚੱਲੀ ਉਹ ਤਾਂ ਕਮੇਟੀ ਬਣਾ ਕੇ ਅਸੀਂ ਸਾਡੀ ਕੋਸ਼ਿਸ਼ ਆ ਪੰਜਾਬ ਸਰਕਾਰ ਦੀ ਕਿ ਵੱਧ ਤੋਂ ਵੱਧ ਜਿਹੜਾ ਘੱਟ ਤੋਂ ਘੱਟ ਰੇਟ ਜਿਹੜੇ ਆਮ ਲੋਕਾਂ ਨੂੰ ਮਿਲੇ ਪਰ ਉਹਨੂੰ ਹੁਣ ਇੰਨੇ 10 ਸਾਲ ਦਾ ਜਿਹੜਾ ਨੁਕਸਾਨ ਹੋਇਆ ਵਾ ਉਹਨੂੰ ਠੀਕ ਕਰਨ ਵਾਸਤੇ ਸਿਸਟਮ ਨੂੰ ਠੀਕ ਕਰਨ ਵਾਸਤੇ ਕੁਛ ਸਮਾਂ ਤਾਂ ਲੱਗੂ ਹਜੇ 1 ਸਾਲ 2 ਮਹੀਨੇ ਹੋਏ ਨੇ ਅੱਜ ਪੰਜਾਬ ਦੇ ਲੋਕ ਖੁਸ਼ੀ ਮਹਿਸੂਸ ਕਰਦੇ ਨੇ ਜਿਹਦੀ ਬਦੌਲਤ ਪਹਿਲਾਂ ਮੇਰੇ ਭਾਈ ਸਾਹਿਬ ਡਾਕਟਰ ਭੀਮ ਇੰਦਰ ਜੀ ਨੇ ਕਿਹਾ ਕਿ ਆਮ ਪਾਰਟੀ ਨੂੰ ਕੋਈ ਫਰਕ ਨਹੀਂ ਪਊਗਾ ਗੁਰਦਾਸਪੁਰ ਦੇ ਵਿੱਚ ਤੁਸੀਂ ਦੇਖੋ 25,000 ਦੇ ਕਰੀਬ ਨਹੀਂ ਵੋਟ ਪਈ ਲੋਕ ਸਭਾ ਦੇ ਵਿੱਚ ਸਾਨੂੰ ਫਤਵਾ ਕਿਉਂ ਨਹੀਂ ਮਿਲਿਆ ਹੈਗਾ ਅਸੀਂ ਗੁਰਦਾਸਪੁਰ ਦੀ ਕਿੱਡੇ ਵੱਡੇ ਮਾਰਜਨ ਦੇ ਨਾਲ ਸਾਡੇ ਜਾਖੜ ਸਾਹਿਬ ਉੱਥੋਂ ਜਿੱਤ ਗਏ ਨੇ 4 ਕਾਰਪੋਰੇਸ਼ਨਾਂ ਦੀਆਂ ਚੋਣਾਂ ਹੋਈਆਂ ਉਹ ਅਸੀਂ ਬੜੀ ਠਾਠ ਦੇ ਨਾਲ ਇੱਥੇ ਪਟਿਆਲੇ ਤੁਸੀਂ ਦੇਖ ਲਓ ਅੰਮ੍ਰਿਤਸਰ ਦੀ ਤੁਸੀਂ ਦੇਖ ਲਓ ਲੁਧਿਆਣੇ ਦੇਖ ਲਓ ਜਲੰਧਰ ਦੀ ਲੱਗਦੀ ਹੈ ਲੱਗਦਾ ਕਿ ਤੁਹਾਡੇ ਹੱਕ 'ਚ ਤੁਸੀਂ ਦੇਖੋ ਜਿਹੜਾ ਮਹਾਰਾਜ ਸਾਹਿਬ ਨੇ ਕਰਜ਼ੇ ਦਾ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਉਹ ਤੁਸੀਂ ਦੇਖੋ ਤਕਰੀਬਨ 8-9 ਮਹੀਨੇ ਤੋਂ ਬਾਅਦ ਜਿਹੜਾ ਉਹ ਸਟਾਰਟ ਹੋ ਗਿਆ 5 ਕਿੱਲਿਆਂ ਤੱਕ ਦਾ ਜਿਹੜਾ 2 ਲੱਖ ਦਾ ਕਰਜ਼ਾ ਨਵੰਬਰ ਤੱਕ ਕੰਪਲੀਟ ਹੋ ਜੂਗਾ ਚਲੋ ਤੁਹਾਡਾ ਦਾਅਵਾ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਵਾਅਦੇ ਪੂਰੇ ਕੀਤੇ ਗਏ ਔਰ ਇਹਦਾ ਫਾਇਦਾ ਸ਼ਾਹਕੋਟ ਨੂੰ ਮਿਲੇਗਾ ਜੀ ਚਲੋ ਅਸੀਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਾਡੇ ਨਾਲ ਡਾਕਟਰ ਭੀਮ ਇੰਦਰ ਉਹਨਾਂ ਤੋਂ ਲੈਂਦੇ ਹਾਂ ਇਸ ਮੁੱਦੇ ਦਾ ਜਵਾਬ
ਸਰ ਲੱਗਦਾ ਇਸ ਮੁੱਦੇ 'ਤੇ ਕਿ ਜਿੱਦਾਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਆਪਣਾ ਦਾਅਵਾ ਹੈ ਔਰ ਦੂਜੇ ਪਾਸੇ ਕਾਂਗਰਸ ਦਾ ਕਹਿਣਾ ਕਿ ਅਸੀਂ ਸਾਲ ਸਵਾ ਸਾਲ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਆ ਪੂਰੇ ਵੀ ਕੀਤੇ ਉਹਦਾ ਬੈਨੀਫਿਟ ਜਿਹੜਾ ਸਾਨੂੰ ਡੈਫੀਨੇਟਲੀ ਮਿਲੇਗਾ। ਸਿੱਧੂ ਸਾਹਿਬ ਇਸ ਵੇਲੇ ਸਾਰਾ ਪੰਜਾਬ ਕਿਸੇ ਵੇਲੇ ਜਿਹੜਾ ਕਹਿੰਦਾ ਸੀ ਵੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਜੀ ਬਿਲਕੁਲ, ਉਹਨਾਂ ਪਛਤਾਉਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਅੱਜ 13 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਨਾ ਕੋਈ ਰੁਜ਼ਗਾਰ ਮਿਲਿਆ ਕਿਸੇ ਨੂੰ, ਨਾ ਨਸ਼ਾ ਖਤਮ ਹੋ ਗਿਆ, ਨਾ ਕੋਈ ਜਿਹੜੀ ਡਿਵੈਲਪਮੈਂਟ ਕਹਿੰਦੇ ਸੀ ਉਹ ਤਰੱਕੀ ਕੋਈ ਕਿਸ ਮੈਨੂੰ ਤਾਂ ਦਿਖਾਈ ਨਹੀਂ ਦਿੰਦੀ, ਤੁਹਾਨੂੰ ਜੇ ਦਿਖਾਈ ਦਿੰਦੀ ਆ ਸਾਨੂੰ ਥੋੜ੍ਹਾ ਜਿਹਾ ਦੱਸਣਾ ਜ਼ਰੂਰ। ਸੋ ਮੈਂ ਦਰਸ਼ਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਵਿਕਾਸ ਨਾਂ ਦੀ ਕੋਈ ਵੀ ਚੀਜ਼ ਪੰਜਾਬ ਦੇ ਵਿੱਚ ਮੈਨੂੰ ਤਾਂ ਨਜ਼ਰ ਨਹੀਂ ਆ ਰਹੀ। ਔਰ ਜਿੱਥੋਂ ਤੱਕ ਸ਼ਾਹਕੋਟ ਦੀ ਗੱਲ ਹੈ, ਸ਼ਾਹਕੋਟ ਦੇ ਵਿੱਚ ਤੁਸੀਂ ਪਿੰਡ ਪਿੰਡ ਜਾ ਕੇ ਦੇਖੋ, ਉੱਥੇ ਮਤਲਬ ਲਗਾਤਾਰ ਜਿਹੜਾ ਹੈਗਾ ਲੋਕ ਨਸ਼ਿਆਂ 'ਚ ਫਸੇ ਹੋਏ ਆ, ਉੱਥੋਂ ਦਾ ਜਿਹੜਾ ਬੇਰੁਜ਼ਗਾਰ ਨੌਜਵਾਨ ਹੈ ਉਹ ਬਾਹਰ ਜਾਣ ਨੂੰ ਤੜਫ ਰਿਹਾ ਜਿਹੜਾ ਦੁਆਬੇ ਦਾ, ਔਰ ਫਸਲਾਂ ਉਹਨਾਂ ਦੀਆਂ ਨੇ ਚੱਕੀਆਂ ਜਾ ਰਹੀਆਂ, ਆਲੂ ਉਹਨਾਂ ਦੇ ਤਬਾਹ ਹੋ ਰਹੇ ਨੇ, ਮੰਡੀਆਂ 'ਚ ਮਤਲਬ ਰੁੜ ਰਹੇ ਨੇ। ਸੋ ਇਸ ਕਰਕੇ ਕਿਸੇ ਵੀ ਕਿਸਮ ਦੀ ਮੈਨੂੰ ਵਿਕਾਸ ਜਿਹੜਾ ਹੈਗਾ ਉਹ ਨਜ਼ਰ ਨਹੀਂ ਆਉਂਦਾ। ਇਹਦੇ ਬਾਰੇ ਬਿਲਕੁਲ ਤੁਸੀਂ ਕਹਿੰਦੇ ਕਿ ਵਿਕਾਸ ਨਜ਼ਰ ਨਹੀਂ ਆਉਂਦਾ, ਤੁਹਾਡਾ ਆਪਣਾ ਦਾਅਵਾ ਵੀ ਹੈ, ਪਰ ਦੂਜੇ ਪਾਸੇ ਜਿਹੜਾ ਹੈਗਾ ਜਿਹੜੀਆਂ ਵਿਰੋਧੀ ਧਿਰਾਂ ਜਾਂ ਹਾਕਮ ਧਿਰਾਂ ਉਹਨਾਂ ਵੱਲੋਂ ਇਹ ਕਿਹਾ ਗੁਰਦਾਸਪੁਰ ਵਿਧਾਨ ਸਭਾ ਦੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਆਈ ਹੈ ਉਹਦੇ ਜਿਸ ਤਰੀਕੇ ਦੇ ਨਾਲ ਫਤਵਾ ਮਿਲਿਆ, ਪਿਛਲੀਆਂ ਜਿਹੜੀਆਂ ਇਲੈਕਸ਼ਨ ਨਿਕਲ ਗਈਆਂ ਜਿਹੜਾ ਫਤਵਾ ਮਿਲਿਆ, ਲੱਗਦਾ ਕਿ ਹਾਕਮ ਧਿਰਾਂ ਇਸ ਗੱਲ ਦੀ ਉਮੀਦ ਹੈ ਕਿ ਹੁਣ ਵੀ ਫਤਵਾ ਮਿਲੇਗਾ। ਸਿੱਧੂ ਸਾਹਿਬ ਜਿਹੜੀਆਂ ਇਲੈਕਸ਼ਨ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ ਜੀ, ਉਹਦੇ ਵਿੱਚ ਜਿਸ ਕਿਸਮ ਦੀ ਧੱਕਾਸ਼ਾਹੀ, ਜਿਸ ਕਿਸਮ ਦੀ ਗੁੰਡਾਗਰਦੀ ਪਟਿਆਲੇ ਦੇ ਵਿੱਚ ਤੁਸੀਂ ਦੇਖਣ ਨੂੰ ਮਿਲੀ ਹੈ, ਹੋਰ ਬਾਕੀ ਥਾਵਾਂ 'ਤੇ ਦੇਖਣ ਨੂੰ ਮਿਲੀ ਹੈ, ਉਹਦੇ 'ਚ ਕੀ ਇਹਨੂੰ ਅਸੀਂ ਇਲੈਕਸ਼ਨਾਂ ਕਹਿ ਸਕਦੇ ਹਾਂ? ਇਹਦਾ ਸ਼ਰਿਆ ਮਤਲਬ ਤੁਸੀਂ ਜਿਹੜਾ ਬੰਦਾ ਤੁਸੀਂ ਨਾਲ ਹੀ ਸਾਰੇ ਕਬਜ਼ੇ ਕਰਕੇ ਵੋਟਾਂ ਪਵਾਤੀਆਂ, ਉਹਨੂੰ ਇਲੈਕਸ਼ਨ ਦਾ ਨਾਮ ਕਿਵੇਂ ਦੇ ਸਕਦੇ ਆ? ਸੋ ਇਹ ਜਿਹੜੀ ਜਿਹਦੀ ਸੱਤਾ ਆ ਜਾਂਦੀ ਹੈ ਉਹੀ ਸਾਰੇ ਸੱਤਾ ਦੇ ਉੱਤੇ ਬਾਅਦ ਦੇ ਵਿੱਚ ਕਾਬਜ਼ ਹੋ ਜਾਂਦਾ। ਸੋ ਇਹਨੂੰ ਇਲੈਕਸ਼ਨ ਆਪਾਂ ਨਹੀਂ ਕਹਿ ਸਕਦੇ ਜੀ। ਓਕੇ ਗ੍ਰਿਵਲ ਜੀ, ਕੀ ਕਹੋਗੇ ਇਸ ਮੁੱਦੇ 'ਤੇ ਜਦੋਂ ਕਿ ਕਾਂਗਰਸ ਦਾ ਲਗਾਤਾਰ ਦਾਅਵਾ ਕਿ ਅਸੀਂ ਪੰਜਾਬੀਆਂ ਨਾਲ ਜਿਹੜੇ ਵਾਅਦੇ ਕੀਤੇ ਉਹ ਪੂਰੇ ਵੀ ਕੀਤੇ ਹੈ, ਸ਼ਾਹਕੋਟ ਦੀ ਇਲੈਕਸ਼ਨ ਪੂਰਾ ਜਿਹੜਾ ਇਹਦਾ ਲਾਹਾ ਵੀ ਮਿਲੇਗਾ, ਆਮ ਆਦਮੀ ਪਾਰਟੀ ਦਾ ਕਹਿਣਾ ਕਿ ਪਿਛਲੇ 10 ਸਾਲ ਵੀ ਲੋਕਾਂ ਦਾ ਉੱਥੇ ਕੋਈ ਕੰਮ ਨਹੀਂ ਹੋਇਆ? ਦੇਖੋ ਇਸ ਤਰ੍ਹਾਂ ਜਗਤਾਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਕਹਿ ਰਹੇ ਨਾ ਕਿ ਅਸੀਂ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਦਿੱਤੀਆਂ ਜੀ, ਉਹਦੇ ਜੋ ਹਾਲ ਹੋਇਆ ਉਹ ਪੂਰੇ ਪੰਜਾਬ ਨੂੰ, ਗੁਰਦਾਸਪੁਰ ਦੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਦਾ ਜ਼ਿਕਰ ਵੀ ਕਰ ਰਹੇ, ਗੁਰਦਾਸਪੁਰ ਪਾਰਲੀਮੈਂਟ ਇਹਨਾਂ ਨੇ ਜ਼ਰੂਰ ਜਿੱਤੀ ਹੈ, ਪਰ ਉਹਦੇ ਬੜੇ ਯੋਜਨਾਬੱਧ ਤਰੀਕੇ ਨਾਲ ਪਹਿਲਾਂ ਤੋਂ ਇਹਨਾਂ ਨੇ ਜਿਹੜੇ ਮੁੱਦੇ ਬਣਾਏ ਉਹ ਮੁੱਦੇ ਸਾਡੇ ਕੈਂਡੀਡੇਟ ਦੇ ਖਿਲਾਫ ਜਿਹੜਾ ਪ੍ਰਚਾਰ ਸੀ ਔਰ ਜਿਹੜਾ ਸੁੱਚਾ ਸਿੰਘ ਲੰਗਾਹ ਦੇ ਬਾਰੇ 'ਚ ਪ੍ਰਚਾਰ ਹੋਇਆ, ਸਾਨੂੰ ਨਿਸ਼ਚਿਤ ਉਹਦਾ ਨੁਕਸਾਨ ਹੋਇਆ ਔਰ ਲੋਕ ਇੱਦਾਂ ਦੀਆਂ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ। ਉਹੀ ਹਾਲ ਹੁਣ ਇਹਨਾਂ ਦੇ ਕੈਂਡੀਡੇਟ ਦਾ ਇੱਥੇ ਹੋ ਗਿਆ ਸ਼ਾਹਕੋਟ 'ਚ ਆ ਕੇ, ਉਹਦੇ 'ਤੇ ਵੀ ਇਸ ਤਰ੍ਹਾਂ ਦੇ ਆਰੋਪ ਲੱਗ ਗਏ। ਗ੍ਰਿਵਲ ਜੀ, ਇਸ ਗੱਲ ਦਾ ਤਾਂ ਹੈ ਕਿ ਜਿਹੜਾ ਤੁਹਾਡੇ ਕੈਂਡੀਡੇਟ ਦੀ ਪਹਿਲਾਂ ਦੀ ਗੱਲ ਕਰਦੇ ਹਾਂ, ਸੁੱਚਾ ਸਿੰਘ ਲੰਗਾਹ ਦੇ ਖਿਲਾਫ ਕੇਸ ਦਰਜ ਹੋਇਆ, ਜੇਲ੍ਹ 'ਚ ਗਏ, ਜ਼ਮਾਨਤ ਨਹੀਂ ਹੋਈ ਲੰਬਾ ਸਮਾਂ, ਪਰ ਇਹਨਾਂ ਦੇ ਕੈਂਡੀਡੇਟ ਦੇ ਤਾਂ ਕਾਗਜ਼ ਵੀ ਰੱਦ ਨਹੀਂ ਹੋਏ। ਨਹੀਂ, ਸਾਡਾ ਜਿਹੜਾ ਉਸ ਵੇਲੇ ਦਾ ਕੈਂਡੀਡੇਟ ਸੀ ਸਵਰਨ ਸਲਾਰੀਆ, ਉਹਨਾਂ 'ਤੇ ਵੀ ਇਲਜ਼ਾਮ ਲੱਗ ਗਏ ਸੀ ਅਤੇ ਉਹਦਾ ਵੀ ਪ੍ਰਭਾਵ ਪਿਆ ਸੀ। ਹੁਣ ਇਹਨਾਂ ਦੇ ਕੈਂਡੀਡੇਟ ਦੇ ਕਾਗਜ਼ ਦਾ ਰੱਦ ਸਾਡੇ 'ਤੇ ਵੀ ਨਹੀਂ ਸੀ ਹੋਏ, ਕਾਗਜ਼ ਰੱਦ ਨਹੀਂ, ਲੋਕ ਫੈਸਲਾ ਕਰਦੇ ਹੁੰਦੇ ਆ, ਇਹ ਹੁਣ ਲੋਕਾਂ ਨੇ ਕਰਨਾ ਔਰ ਜਿਹੜੀ ਸਰਕਾਰ ਦੀ ਪਰਫੋਰਮੈਂਸ ਆ ਉਹਦਾ ਪਤਾ ਲੱਗਣਾ ਲੋਕ ਸਭਾ ਦੇ ਚੁਣਾਅ ਦੇ ਅੰਦਰ, ਕਿਉਂਕਿ ਉੱਥੇ ਧੱਕਾ ਨਹੀਂ ਕਰ ਪਾਉਂਦੇ। ਚਲੋ ਆਪਾਂ ਇਸ ਕਰਕੇ ਪਾਰਲੀਮੈਂਟ ਦੀ ਇਲੈਕਸ਼ਨ ਦਾ ਸ਼ਾਹਕੋਟ 'ਚ ਵੀ ਤੁਸੀਂ ਇਹ ਦੇਖਣਾ ਕਿ ਸਾਡੀ ਫਸਵੀਂ ਟੱਕਰ ਆ, ਇਹ ਤਾਂ ਇਹਨਾਂ ਦੇ ਧੱਕਾ ਕਰਨ ਦੇ ਬਾਵਜੂਦ ਵੀ ਅਸੀਂ ਜਿੱਤ ਵੀ ਸਕਦੇ ਹਾਂ। ਅਕਾਲੀ ਭਾਜਪਾ ਜਿਹੜਾ ਹੈਗਾ, ਮੈਂ ਸਪਸ਼ਟ, ਮੇਰੀ ਆਦਤ ਆ, ਮੈਂ ਸਾਫ਼ ਬੋਲਦਾ ਹੁੰਦਾ। ਇਸ ਵੇਲੇ ਸਥਿਤੀ ਉੱਥੇ, ਗ੍ਰਿਵਲ ਜੀ, ਇਹ ਵੀ ਜਿਹੜਾ ਇਹ ਐਲੀਗੇਸ਼ਨ ਵੀ ਲੱਗ ਰਿਹਾ ਹੈ ਕਿ ਇੱਥੇ ਬਹੁਤ ਪਿੱਛੇ ਜਾਊਗਾ ਜੀ। ਕੁਆਰ ਸਾਹਿਬ 5 ਵਾਰੀ ਜਿੱਤੇ, ਇਹਨਾਂ ਦਾ ਕਹਿਣਾ ਕਿ ਇਲਾਕੇ ਦੇ ਵਿੱਚ ਕੋਈ ਵਿਕਾਸ ਦੀ ਗੱਲ ਨਹੀਂ ਹੋਈ, ਸ਼ਾਇਦ ਉਹਦੇ ਪਰ ਵੀ ਲੋਕ ਬਦਲ ਵੀ ਚਾਹ ਸਕਦੇ ਆ, ਲੋਕ ਬਦਲ ਵੀ ਤਾਂ ਚਾਹ ਸਕਦੇ ਆ ਜੀ। ਇੱਕ ਵਾਰ ਆਦਮੀ ਬਿਨਾਂ ਵਿਕਾਸ ਦੇ ਜਿੱਤ ਜੂ, 2 ਵਾਰ ਜਿੱਤ ਜੂ, 3 ਵਾਰ ਜਿੱਤ ਜੂ, 5 ਵਾਰ ਕਿਤੇ ਇੱਦਾਂ ਹੁੰਦਾ ਕਿ ਵੀ ਬਿਨਾਂ ਡਿਵੈਲਪਮੈਂਟ ਤੋਂ ਉਹ ਪੰਜਾਬ ਵਰਗੇ ਪ੍ਰਦੇਸ਼ ਦੇ ਅੰਦਰ ਜਿੱਥੇ ਲੋਕ ਇੰਨੇ ਕੰਮ ਹੋਏ ਆ ਔਰ ਉਹਨਾਂ ਦੇ ਨਾਲ ਪਰਿਵਾਰਕ ਤੌਰ 'ਤੇ ਵੀ ਲੋਕਾਂ ਦਾ ਲਗਾਅ ਆ, ਪਹਾੜ ਸਾਹਿਬ ਦੀ ਰਿਸਪੈਕਟ ਵੀ ਹੈ ਅਤੇ ਉਸ ਦਾ ਵੀ ਲਾਭ ਉਹਨਾਂ ਦੇ ਬੇਟੇ ਨੂੰ ਮਿਲਣ ਵਾਲਾ ਔਰ ਅਕਾਲੀ ਭਾਜਪਾ ਦਾ ਜਿਹੜਾ ਹੈਗਾ ਬਹੁਤ ਅੱਛਾ ਉੱਥੇ ਪਰਫੋਰਮੈਂਸ ਹੋਏਗੀ, ਇਹ ਮੈਂ ਦਾਅਵੇ ਨਾਲ ਕਹਿ ਸਕਦਾ ਜੀ। ਖਨੋੜਾ ਜੀ, ਕਿਵੇਂ ਇਸ ਦਾਅਵੇ ਨੂੰ ਤੁਸੀਂ ਦੇਖਦੇ ਹੋ? ਇਹਨਾਂ ਦਾ ਕਹਿਣਾ ਹੈ ਕਿ ਵੀ ਜਿਹੜੇ ਪਿਛਲੇ ਸਮੇਂ 'ਚ 5 ਵਾਰੀ ਜਿੱਤੇ ਆ ਉਹ ਬਗੈਰ ਵਿਕਾਸ ਦੇ ਕਿਸੇ ਬੰਦੇ ਨੂੰ ਇੱਦਾਂ ਲਗਾਤਾਰ ਵਿਕਟਰੀ ਨਹੀਂ ਮਿਲ ਸਕਦੀ। ਦੇਖੋ, ਜਿਹੜੀ ਗੱਲ ਗਰਿਆਲ ਸਾਹਿਬ ਕਹਿ ਰਹੇ ਨੇ ਉਹ ਅਜੀਤ ਸਿੰਘ ਕਹਾੜ ਦੀ ਸੀ, ਅੱਜ ਉਹਨਾਂ ਦਾ ਸਪੁੱਤਰ ਖੜ੍ਹਾ, ਉਹ ਚੀਜ਼ ਦਾ ਬਹੁਤ ਵੱਡਾ ਫਰਕ ਹੁੰਦਾ। ਠੀਕ ਆ, ਕਹਾੜ ਸਾਹਿਬ ਜਿੱਤਣੇ ਵਿੱਚ ਕੋਈ ਸ਼ੱਕ ਨਹੀਂ, ਪਰ ਜਿਹੜੀ ਡਿਵੈਲਪਮੈਂਟ ਦੀ ਗੱਲ ਆ ਉੱਥੇ ਬਿਲਕੁਲ ਡਿਵੈਲਪਮੈਂਟ, ਮੈਨੂੰ ਆਪ ਵੀ ਜਾਣ ਦਾ ਉੱਥੇ ਮੌਕਾ ਮਿਲਿਆ। ਅੱਜ ਸਾਡੀ ਸਰਕਾਰ ਆ, ਅਸੀਂ ਪੂਰੇ ਜ਼ੋਰ ਦੇ ਨਾਲ, ਤੁਸੀਂ ਦੇਖੋ 2002 ਤੋਂ 2007 ਤੱਕ ਸਾਡੀ ਸਰਕਾਰ ਰਹੀ। ਜਿਹੜੇ ਗੱਲ ਕਰ ਰਹੇ ਨੇ ਭਾਈ ਸਾਹਿਬ, ਜਿਹੜਾ
5 7 10 ਲੱਖ ਦਾ ਕਿੱਲਾ ਸੀ ਉਹ 50 50 ਲੱਖ ਤੱਕ ਜਿਹੜਾ ਗਿਆ ਆਲੇ ਵਾਲੇ ਦੀ ਡਿਵੈਲਪਮੈਂਟ ਬਿਲਕੁਲ ਖੁਰਾ ਸਾ ਬਿਲਕੁਲ ਇਹ ਉਸ ਵੇਲੇ ਦੀ ਗੱਲ ਆ ਜਦੋਂ ਓਵਰਆਲ ਸਾਰੀ ਦੁਨੀਆ ਦੇ ਵਿੱਚ ਜਿਹੜੀ ਪ੍ਰਾਪਰਟੀ ਦੇ ਰੇਟ ਉੱਪਰ ਗਏ ਨੋ ਨੋ ਪੰਜਾਬ ਦੇ ਰੇਟ ਉੱਪਰ ਨੋ ਨੋ ਪੰਜਾਬ ਦੇ ਜੇ ਅੱਜ ਕਾਲੀ ਤੇ ਬੀਜੇਪੀ ਦੀ ਸਰਕਾਰ ਆਈ ਉਹੀ ਮੁੜ ਕੇ ਅੱਜ 15 ਤੇ 16 ਲੱਖ ਤੇ ਆ ਗਿਆ ਜੇ ਇਹਨਾਂ ਦੀਆਂ ਪਾਲਿਸੀਆਂ ਗਲਤ ਸੀ ਤਾਂ ਹੋਇਆ ਅੱਜ ਪੰਜਾਬ ਦਾ ਕਿਸਾਨ ਮਰ ਰਿਹਾ ਤੁਸੀਂ ਅੱਜ 1 ਸਾਲ ਦੇ ਵਿੱਚ ਕਿਵੇਂ 1 ਸਾਲ ਦੇ ਵਿੱਚ ਸਿਸਟਮ ਨੂੰ ਇੰਨੇ ਨੂੰ ਤੁਸੀਂ ਖਰਾਬ ਹੋਏ ਨੂੰ 1 ਲੱਖ ਤੇ ਕਿਵੇਂ ਜਲਦੀ ਠੀਕ ਕਰ ਲਓਗੇ ਪਰ ਮਹਾਰਾ ਸਾਹਿਬ ਦੀ ਪੂਰੀ ਆ ਇਲਾਕੇ 'ਚ ਡਿਵੈਲਪਮੈਂਟ ਮੈਨੂੰ ਇੱਕ ਤੁਸੀਂ ਦੱਸੋ ਗੱਲ ਮੈਂ ਚਲੋ ਬਾਹਰ ਦੀ ਨਹੀਂ ਮੈਂ ਤੁਹਾਨੂੰ ਆਪਣੇ ਹਲਕੇ 'ਚ ਵੀ ਦਾ ਮੇਰਾ ਨਾਭਾ ਹਲਕਾ ਅਸੀਂ ਉੱਥੇ 8-9 ਕਰੋੜ ਦੇ ਕਰੀਬ ਅਸੀਂ ਹੁਣ ਤਾਂ ਬਣ ਚੁੱਕੇ ਹਾਂ ਜੀ ਸਾਲ ਹੋਇਆ ਸਰਕਾਰ ਨੂੰ ਇਸੇ ਤਰ੍ਹਾਂ ਮਲੋਹ ਗਿਆ ਇਸੇ ਤਰ੍ਹਾਂ ਪਟਿਆਲੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ 1.25 ਸਾਲ ਤੋਂ ਉੱਪਰ ਲੰਘ ਗਿਆ ਹੈ ਅਜੇ ਵੀ ਉੱਥੇ ਇਲਾਕੇ ਦਾ ਕੋਈ ਵਿਕਾਸ ਦੀ ਗੱਲ ਨਜ਼ਰ ਨਹੀਂ ਆਉਂਦੀ ਹੁਣ ਲਗਾਤਾਰ ਅਕਾਲੀ ਦਲ ਬੀਜੇਪੀ ਨੂੰ ਆਪਾਂ ਕੋਸ ਕੇ ਲੋਕਾਂ ਨੇ ਹਰਾਤਾ ਉਸ ਪਾਰਟੀ ਨੂੰ ਹੁਣ ਜ਼ਿੰਮੇਵਾਰੀ ਤਾਂ ਕਾਂਗਰਸ ਪਾਰਟੀ ਦੀ ਬਣ 10 ਸਾਲ ਦੀ ਵੀ ਸਿੱਧੂ ਸਾਹਿਬ ਕੋਈ ਸਰਕਾਰ ਵਾਲੀ ਗਲਤੀ ਜਿਹੜੀ ਦੂਜੀ ਵਾਰ ਇਹਨਾਂ ਦੀ ਸਰਕਾਰ ਬਣੀ ਹੈ ਸਿਰਫ ਅਸੀਂ 8,000 ਤੇ ਚੁੱਕੇ ਹਾਂ ਸਿਰਫ 8,000 ਤੇ ਜੀ ਸਾਡਾ ਇੱਕ ਕੈਂਡੀਡੇਟ 29-29,000 ਤੇ ਜਿੱਤਿਆ ਕਿਤੇ ਅਸੀਂ 200 ਤੇ ਹਾਰ ਗਏ ਤੇ 400 ਤੇ ਹਾਰ ਗਏ ਕਿਉਂਕਿ ਸਰਕਾਰ ਤੇ ਇਹਨਾਂ ਦੀ ਇਹਨਾਂ ਨੇ ਧੱਕੇ ਕੀਤੇ ਅੱਜ ਇਹ ਗੱਲਾਂ ਕਰਦੇ ਨੇ ਬੀਜੇਪੀ ਤੇ ਅਕਾਲੀ ਦਲ ਦੀ ਦੇਣ ਸੀ ਜਿਹੜੇ ਧੱਕੇ ਕੀਤੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਧੱਕੇ ਦਾ ਇੱਥੇ ਗੁੰਡਾਗਰਦੀ ਦੇ ਨਾਲ ਇਹਨਾਂ ਨੇ ਵੋਟਾਂ ਪਾਈ ਇੱਥੇ ਤਾਂ ਕੋਈ ਕੰਪਲੇਂਟ ਨਹੀਂ ਹੋਈ ਜੇ ਅਗਰ ਕਿਸੇ ਨੂੰ ਸੀ ਤੇ ਕੰਪਲੇਂਟ ਕਰਦਾ ਚੋਣ ਕਮਿਸ਼ਨ ਕੋਲ ਜੀ ਇਸ ਮੁੱਦੇ ਤੇ ਮੈਂ ਡਾਕਟਰ ਸਾਹਿਬ ਤੁਹਾਡੇ ਤੋਂ ਵੀ ਜਵਾਬ ਲੈਣਾ ਚਾਹਾਂਗਾ ਕਹਿੰਦੇ ਬਿਲਕੁਲ ਪੂਰਨ ਤਰੀਕੇ ਨਾਲ ਚੁਣਾ ਗਿਆ ਲੋਕਾਂ ਨੇ ਦਿੱਤਾ ਸਾਡੇ ਹੱਕ 'ਚ ਫਤਵਾ ਪਿਛਲੇ ਇਲੈਕਸ਼ਨ ਕੋਈ ਧੱਕਾ ਨਹੀਂ ਹੋਇਆ ਅਕਾਲੀ ਦਲ ਭਾਰਤੀ ਜਨਤਾ ਸਮੇਂ ਹੀ ਹੁੰਦੇ ਰਹੇ ਆ ਧੱਕੇ ਇਹ ਦੇਖੋ ਕਹਿਣ ਦੀਆਂ ਗੱਲਾਂ ਨੇ ਹਰ ਇੱਕ ਪਾਰਟੀ ਜਦੋਂ ਸੱਤਾ 'ਚ ਆ ਜਾਂਦੀ ਹੈ ਉਹ ਇਹੀ ਕਹਿੰਦੀ ਹੈ ਕਿ ਅਸੀਂ ਤਾਂ ਕੁਛ ਨਹੀਂ ਕੀਤਾ ਔਰ ਪਿਛਲੇ 70 ਸਾਲਾਂ ਦਾ ਇਤਿਹਾਸ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਵਾਰੀ ਵਾਰੀ ਬਦਲ ਕੇ ਜਿਹੜੀਆਂ ਨੇ ਮਤਲਬ ਫਰੈਂਡਲੀ ਮੈਚ ਹੁੰਦੇ ਰਹੇ ਨੇ ਔਰ ਇੱਕ ਸਰਕਾਰ ਜਾਂਦੀ ਆ ਦੂਜੀ ਆ ਦੂਜੀ ਪਾਰਟੀ ਦੀ ਆ ਜਾਂਦੀ ਫਿਰ ਸੋ ਇਸ ਕਰਕੇ ਮਤਲਬ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਜਿਹਦੀ ਸਰਕਾਰ ਬਣੂ ਉਹ ਫਿਰ ਇਸ ਤਰ੍ਹਾਂ ਇਹਦਾ ਮਤਲਬ ਜੇ ਇਹਨਾਂ ਦੀ ਬਣੂ ਫਿਰ ਇਹ ਵੀ ਕੁਝ ਕਰ ਬਿਲਕੁਲ ਸਾਡਾ ਕਦੇ ਵੀ ਇਦਾਂ ਦਾ ਮਨਸ਼ਾ ਨਹੀਂ ਹੈ ਬਿਲਕੁਲ ਸਾਨੂੰ ਲੋਕਤੰਤਰ ਦਾ ਜਿਹੜਾ ਹੈਗਾ ਜੋ ਸੰਵਿਧਾਨ ਹੈ ਦੇਖੋ ਉਹਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਇਹ ਕਹਿੰਦੇ ਵੀ ਸਰਕਾਰਾਂ ਜਿਹੜੀਆਂ ਬਣਦੀਆਂ ਨੇ ਕੀ ਆਮ ਪਾਰਟੀ ਤੋਂ ਲਾਗੂ ਨਹੀਂ ਹੁੰਦਾ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਹੈ ਫਰੈਂਡਲੀ ਮੈਚ ਨਹੀਂ ਖੇਡਦੇ ਉੱਥੇ ਜਿਹੜੀਆਂ ਸਰਕਾਰ ਜੀ ਇਹਨਾਂ ਨੇ ਗੱਲ ਕਹੀ ਜੇ ਸਾਡੇ ਕੋਲੇ ਸੱਤਾ ਹੁੰਦੀ ਜਿਹੜੀ ਐਮਸੀਡੀ ਦੀਆਂ ਚੋਣਾਂ ਹੁੰਦੀਆਂ ਹੋਈਆਂ ਨੇ ਦਿੱਲੀ ਦੇ ਵਿੱਚ ਅਸੀਂ ਸਾਰੀਆਂ ਦੀਆਂ ਸਾਰੀਆਂ ਇਲੈਕਸ਼ਨਾਂ ਜਿੱਤ ਜਿੱਤ ਵੋਟਾਂ ਜਿੱਤ ਸਕਦੇ ਸੀ ਸੋ ਸਾਡਾ ਅਸੀਂ ਉੱਥੇ ਹਾਰੇ ਹਾਂ ਇਹਦਾ ਮਤਲਬ ਹੈ ਕਿ ਅਸੀਂ ਫੇਰ ਜਿਹੜੀ ਹੈਗੀ ਆ ਬਿਲਕੁਲ ਫੇਰ ਅਸੀਂ ਚਾਹੁੰਦੇ ਹਾਂ ਕਿ ਚਾਹੇ ਸਾਡੀ ਸੱਤਾ 'ਚ ਅਸੀਂ ਹੋਈਏ ਜਾਂ ਨਾ ਹੋਈਏ ਤੁਸੀਂ ਅਸੀਂ ਫੇਰ ਜਾਣੇ ਸਿੱਧੂ ਸਾਹਿਬ ਜੋ ਇਹਨਾਂ ਨੇ ਵਾਅਦੇ ਕੀਤੇ ਉਹ ਵਾਅਦਿਆਂ ਤੇ ਖੜੀ ਨਹੀਂ ਉਤਰੀ ਜੋ ਇਹਨਾਂ ਨੇ ਘਰ ਘਰ ਇਹਨਾਂ ਨੇ ਜਾ ਕੇ ਗੱਲਾਂ ਕੀਤੀਆਂ ਉਹ ਨਹੀਂ ਪੂਰੀਆਂ ਕੀਤੀਆਂ ਖਨੋੜਾ ਜੀ ਮੇਰੀ ਮਜਬੂਰੀ ਇੱਕ ਬ੍ਰੇਕ ਦੀ ਲੈਣੇ ਛੋਟੀ ਜੀ ਬ੍ਰੇਕ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਹਾਂ ਵਾਪਸ ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਅਸੀਂ ਜਿਸ ਮੁੱਦੇ 'ਤੇ ਬ੍ਰੇਕ ਤੋਂ ਪਹਿਲਾਂ ਚਰਚਾ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਦੂਜੀਆਂ ਧਿਰਾਂ ਹੈਗੀਆਂ ਹਾਕਮ ਧਿਰ ਨੂੰ ਛੱਡ ਕੇ ਉਹ ਖਦਸ਼ਾ ਪ੍ਰਗਟ ਕਰ ਰਹੀਆਂ ਕਿ ਪਿਛਲੀਆਂ ਜਿੱਦਾਂ ਇਲੈਕਸ਼ਨ ਦੇ 'ਚ ਧੱਕੇ ਹੁੰਦੇ ਰਹੇ ਸ਼ਾਹਕੋਟ ਦੀ ਇਲੈਕਸ਼ਨ ਦੇ 'ਚ ਵੀ ਕਿਸੇ ਤਰੀਕੇ ਨਾਲ ਧੱਕਾ ਹੋ ਸਕਦਾ ਲੈਂਦੇ ਹਾਂ ਇਸ ਮੁੱਦੇ ਨੂੰ ਅਸੀਂ ਵਿਰੋਧੀ ਧਿਰ ਦੇ ਆਗੂ ਗਰੇਵਾਲ ਜੀ ਨਾਲ ਗਰੇਵਾਲ ਜੀ ਜਿਹੜਾ ਸ਼ਾਹਕੋਟ ਦੀ ਇਲੈਕਸ਼ਨ ਹੈ ਖਾਸ ਤੌਰ 'ਤੇ ਜੇ ਆਪਾਂ ਇਸ ਗੱਲ ਦੀ ਜ਼ਿਕਰ ਕਰੀਏ ਮੇਰਾ ਖਿਆਲ ਜਦੋਂ ਦਾ ਸ਼ਾਹਕੋਟ ਦੀ ਇਲੈਕਸ਼ਨ ਦਾ ਮਾਮਲਾ ਹੈ ਘੱਟੋ ਘੱਟ 2 ਜਾਂ 3 ਵਾਰੀ ਤੁਹਾਡੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਗਵਰਨਰ ਨੂੰ ਮਿਲ ਚੁੱਕੇ ਹੈ ਚੋਣ ਕਮਿਸ਼ਨ ਨੂੰ ਮਿਲ ਚੁੱਕੇ ਹੈ ਕਿ ਨੀ ਫੌਜੀ ਬਲ ਲਾਏ ਜਾਣ ਉੱਥੇ ਥਾਣੇਦਾਰ ਬਦਲਣ ਦਾ ਮੁੱਦਾ ਆਇਆ ਥਾਣੇਦਾਰ ਦੀ ਕੰਟਰੋਵਰਸੀ ਲੱਗੀ ਹੈ ਤੁਹਾਨੂੰ ਲੱਗਦਾ ਕਿ ਸ਼ਾਹਕੋਟ ਦੀ ਇਲੈਕਸ਼ਨ ਜਿਹੜੀ ਨਿਰਪੱਖ ਨਹੀਂ ਹੋਏਗੀ ਬਿਲਕੁਲ ਨਹੀਂ ਹੋਏਗੀ ਦੇਖੋ ਇਹ ਜਿਹੜਾ SHO ਦਾ ਮਾਮਲਾ ਸੀ ਇਸ ਤੋਂ ਬਾਅਦ ਤਾਂ ਇਹ ਸਮਝ ਆ ਗਿਆ ਕਿ ਜਿਹੜੇ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਆ ਉਹਨਾਂ ਨੇ ਜੋ ਮੁਕੱਦਮਾ ਦਰਜ ਕੀਤਾ ਉਹ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨਸ 'ਤੇ ਕੀਤਾ ਉਹਨਾਂ ਨੂੰ ਇਨਵੈਸਟੀਗੇਸ਼ਨ ਦਿੱਤੀ ਉਹਨਾਂ ਨੇ ਪਰ ਖਨੋੜਾ ਜੀ ਦਾ ਕਹਿਣਾ ਉਹ SHO ਜਿਹੜਾ ਹੈਗਾ ਉਹ ਸਰਕਾਰ ਦਾ ਵਰਸ਼ਨ ਪਰ ਜਿਹੜਾ ਸਭ ਤੋਂ ਬੜੀ ਗੱਲ ਆ ਜਿਹੜਾ ਪਰਚਾ ਦਰਜ ਹੋਇਆ ਪਰਚਾ ਦਰਜ ਤਾਂ ਇਹ ਬਿਨਾਂ ਪੁੱਛੇ ਤੋਂ ਕਿਸੇ ਦੇ ਖਿਲਾਫ਼ ਵੀ ਪੁਲਿਸ ਵਾਲੇ ਕਰ ਦਿੰਦੇ ਆ ਸਾਡੇ ਬੰਦਿਆਂ 'ਤੇ ਬਹੁਤੇ ਹੋ ਰਹੇ ਅਕਾਲੀ ਭਾਜਪਾ 'ਤੇ ਵੀ ਆਮ ਆਦਮੀ ਪਾਰਟੀ 'ਤੇ ਵੀ ਬਹੁਤ ਲੋਕਾਂ 'ਤੇ ਕਹਿੰਦੇ ਰਹੇ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਮੇਂ ਵੀ ਇਹ ਕੰਮ ਹੁੰਦਾ ਰਿਹਾ ਔਰ ਹੁਣ ਇਹਨਾਂ ਨੇ ਮੈਂ ਅੱਜ ਦੀ ਗੱਲ ਕਰ ਰਿਹਾ ਜੀ 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 ਉਹਦਾ ਤਾਂ ਜਵਾਬ ਲੋਕਾਂ ਨੇ ਸਾਨੂੰ ਦਿੱਤਾ ਓਕੇ ਅਤੇ ਜੋ ਫਤਵਾ ਦਿੱਤਾ ਅਸੀਂ ਸਵੀਕਾਰ ਕਰ ਲਿਆ ਅਤੇ ਅਸੀਂ ਕੋਈ ਗਲਤੀ ਕੀਤੀ ਹੋਣੀ ਅਤੇ ਇਹ ਤਾਂ ਉਹਦੇ ਲਈ ਤਿਆਰ ਨਾ ਰਹਿਣ ਫਿਰ ਅਤੇ ਜੋ ਕੰਮ ਕਰਨੇ ਆ ਇਸ ਕਰਕੇ ਕਾਂਗਰਸ ਜਿਹੜੇ ਕੰਮ ਕਰ ਰਹੀ ਹੈ ਇਸ ਵੇਲੇ ਸਰਕਾਰ ਉਹ ਗਲਤ ਕਰ ਰਹੀ ਆ ਔਰ ਇਹਦੇ ਨਾਲ ਸਿੱਧਾ ਹੋ ਗਿਆ ਕਿ ਇਮਾਨਦਾਰ ਔਫੀਸਰ ਨੂੰ ਇਹ ਹੋ ਗਿਆ ਕਿ ਜੇ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਔਰ ਇਹਦਾ ਕਾਂਗਰਸੀਕਰਨ ਨਹੀਂ ਕਰਾਵਾਂਗੇ ਪੁਲਿਸ ਦਾ ਸਿਆਸੀ ਦਖਲਅੰਦਾਜ਼ੀ ਨਹੀਂ ਹੋਏਗੀ ਤਾਂ ਸਾਡਾ ਵੀ ਹਸ਼ਰ ਇਹੀ ਹੋਏਗਾ ਇਹ ਉਹਨਾਂ ਨੂੰ ਇੱਕ ਤਰ੍ਹਾਂ ਦੀ ਵਾਰਨਿੰਗ ਗਈ ਹੈ ਔਰ
ਜਿਹੜਾ 22 ਇਲੈਕਸ਼ਨ ਹੁੰਦੀਆਂ ਨੇ ਇਹਦੇ 'ਚ ਇਸ ਤਰ੍ਹਾਂ ਜਿਹੜੀ ਸਰਕਾਰ ਆ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਮਸ਼ੀਨਰੀ ਨੂੰ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਬਾਅਦ 'ਚ ਵੀ ਉਹਨਾਂ ਨੇ ਉੱਥੇ ਹੀ ਸਰਵਿਸ ਕਰਨੀ ਆ, ਉੱਥੇ ਹੀ ਰਹਿਣਾ ਹੈਗਾ। ਇਸ ਕਰਕੇ ਜਿਹੜੇ ਅਸੀਂ ਨੀਮ ਫੌਜੀ ਦਸਤੇ ਜਿਹੜੇ ਆ ਦੂਸਰੇ ਪੈਰਾਮਿਲਟਰੀ ਫੋਰਸਿਸ ਬਾਰੇ ਅਸੀਂ ਕਹਿ ਰਹੇ ਹਾਂ ਉਹ ਇਸੇ ਕਰਕੇ ਕਹਿ ਰਹੇ ਹਾਂ ਕਿ ਉਹ ਘੱਟ ਤੋਂ ਘੱਟ ਉਹਨਾਂ ਨੂੰ ਇਹਨਾਂ ਦਾ ਡਰ ਨਹੀਂ ਹੁੰਦਾ, ਨਹੀਂ ਤਾਂ ਇਹ ਪੁਲਿਸ ਦੇ ਕੋਲੋਂ ਕੁਛ ਵੀ ਮਨਮਰਜ਼ੀ ਦਾ ਕੰਮ ਕਰਵਾ ਲੈਣਗੇ। ਓਕੇ, ਧੱਕੇਸ਼ਾਹੀ ਕਰ ਸਕਦੇ ਆ ਜੀ, ਔਰ ਇਹ ਇਹਨਾਂ ਦਾ ਸੁਭਾਅ ਵੀ ਹੈ ਕਾਂਗਰਸ ਦਾ, ਡੈਮੋਕ੍ਰੇਸੀ ਦੀ ਕਦਰ ਨਹੀਂ ਕਰਦੇ, ਪਰਿਪੱਕ ਨਹੀਂ ਪੂਰੀ ਤਰ੍ਹਾਂ ਹੋਏ ਇਹਨਾਂ ਦੇ ਲੋਕ ਉਹਦੇ 'ਚ, ਨਹੀਂ ਤਾਂ ਗਰੀਵਾਲ ਜੀ ਉਹ ਪਾਰਟੀ ਆਏ ਜਿਹਨੇ ਲੰਬਾ ਸਮਾਂ ਹਿੰਦੁਸਤਾਨ 'ਚ ਕੌਮੀ ਪੱਧਰ 'ਤੇ ਰਾਜ ਕੀਤਾ, ਪੰਜਾਬ 'ਚ ਲੰਬਾ ਸਮਾਂ ਰਾਜ ਕੀਤਾ, ਤੁਸੀਂ ਕਹਿੰਦੇ ਕਿ ਉਹ ਡੈਮੋਕ੍ਰੇਸੀ ਦੀ ਕਦਰ ਨਹੀਂ ਕਰਦੇ? ਰੋਜ਼ ਕਿਸਾਨ ਆਤਮ ਹੱਤਿਆ ਕਰਦੇ ਆ, ਮਜ਼ਦੂਰ ਆਤਮ ਹੱਤਿਆ ਕਰਦੇ ਆ। ਚਲੋ ਵੱਖਰਾ ਮੁੱਦਾ ਹੈ, ਉਹਦੇ ਲਈ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵੀ ਰਹੀਆਂ। ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਕਿੰਨੀ ਕੁ ਦੇਰ ਰਹੀਆਂ? ਪਹਿਲਾਂ ਅਟਲ ਜੀ ਦੀ ਸਰਕਾਰ ਰਹੀ, ਉਸ ਦੀ ਅੱਜ ਤੱਕ ਵੀ ਦੁਨੀਆ 'ਚ ਲੋਕ ਸ਼ਲਾਘਾ ਕਰਦੇ ਜੀ ਜੀ, ਔਰ ਹੁਣ ਮੋਦੀ ਜੀ ਦੀ ਸਰਕਾਰ ਆ, ਦੁਨੀਆ ਦੇ ਲੋਕ ਸਲਿਊਟ ਕਰਦੇ ਆ। ਓਕੇ, ਚਲੋ ਆਪਾਂ ਇਸ ਮੁੱਦੇ 'ਤੇ ਚਰਚਾ ਨਹੀਂ ਕਰ ਰਹੇ। ਜਿਹੜਾ ਖਨੌੜਾ ਜਿਹਨਾਂ ਦਾ ਕਹਿਣਾ ਕਿ ਸ਼ਾਹਕੋਟ ਦੀ ਜਿਹੜੀ ਇਲੈਕਸ਼ਨ ਆ ਉਹਦੇ ਜਿਹੜਾ ਵਾਰ ਵਾਰ ਜਿੱਦਾਂ ਚੋਣ ਕਮਿਸ਼ਨ ਨੂੰ ਜਾ ਕੇ ਵਫਦ ਮਿਲਿਆ, ਗਵਰਨਰ ਨੂੰ ਜਾ ਕੇ ਮਿਲਿਆ, ਖਦਸ਼ਾ ਇਹ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਜਿੱਦਾਂ ਇਹ ਦਾਅਵਾ ਕਰ ਰਿਹਾ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਵੀ ਗੜਬੜ ਕਰੇਗੀ, ਨਿਰਪੱਖ ਇਲੈਕਸ਼ਨ ਹੋਣ ਦੇ ਚਾਂਸਿਸ ਘੱਟ ਹੈ। ਇਹ ਜਾ ਕੇ ਅਕਾਲੀ ਦਲ ਬੀਜੇਪੀ ਦਾ ਵਫਦ ਜਿਹੜਾ ਮੁੱਖ ਚੋਣ ਕਮਿਸ਼ਨਰ ਸਾਹਿਬ ਨੂੰ ਵੀ ਮਿਲਿਆ ਜੀ, ਅਤੇ ਹੋਮ ਮਿਨਿਸਟਰ ਆਫ ਇੰਡੀਆ ਨੂੰ ਵੀ ਮਿਲਿਆ। ਬਿਲਕੁਲ, ਅਸੀਂ ਕਹਿੰਦੇ ਹਾਂ ਬਿਲਕੁਲ ਜਿਹੜਾ ਪੈਰਾਮਿਲਟਰੀ ਫੋਰਸ ਜੋ ਉੱਥੋਂ ਭੇਜੀਆਂ, ਸਾਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ, ਸ਼ਾਂਤੀਪੂਰਵਕ ਉੱਥੇ ਜਿਹੜੀਆਂ ਚੋਣਾਂ ਹੋਣਗੀਆਂ। ਇਹ ਬਿਨਾਂ ਵਜ੍ਹਾ ਤੋਂ ਜਿਹੜੀ ਇਹ ਗੱਲ ਕਰ ਰਹੇ ਨੇ ਵੀ ਉੱਥੇ ਧੱਕਾ ਹੋਊ, ਬਿਲਕੁਲ ਕਿਸੇ ਤਰ੍ਹਾਂ ਦਾ ਨਹੀਂ ਧੱਕਾ ਹੋਊਗਾ, ਪੂਰੀ ਉੱਥੇ ਵੀਡੀਓਗ੍ਰਾਫਿੰਗ ਕਰਾ ਲੈਣ, ਇਹਦੇ ਵਿੱਚ ਸਾਡੀ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ। ਅਤੇ ਇਹਨਾਂ ਦਾ ਦਾਅਵਾ ਖਨੌੜਾ ਇਹ ਹੈ, ਇਹਨਾਂ ਦਾ ਕਹਿਣਾ ਹੈਗਾ ਕਿ ਵਿਰੋਧੀਆਂ 'ਤੇ ਕੇਸ ਦਰਜ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ SHO ਨੂੰ ਜਿਸ ਤਰੀਕੇ ਨਾਲ ਡਰਾਇਆ ਧਮਕਾਇਆ ਗਿਆ, ਇਸ ਕਰਕੇ ਚਾਂਸਿਸ ਜਿਹੜੇ ਹੈਗੇ। ਬੜਾ ਅਫਸੋਸ ਆ ਮੈਨੂੰ ਵਿਰੋਧੀ ਧਿਰ ਦੇ ਲੀਡਰ 'ਤੇ ਪਰਚਾ ਹੋ ਰਿਹਾ ਕਿ ਸਾਡੇ 'ਤੇ ਆਪਦੇ 'ਤੇ ਪਰਚਾ, ਸਾਡੇ ਤਾਂ ਹਰਦੇਵ ਸਿੰਘ ਲਾਡੀ 'ਤੇ ਕੀਤਾ ਉਸ ਬੰਦੇ ਨੇ ਪਰਚਾ, ਜਿਹਨੂੰ ਇਹ ਇਮਾਨਦਾਰ ਕਹਿ ਰਹੇ ਨੇ ਉਹ ਬੰਦਾ ਦਾਰੂ ਪੀ ਕੇ ਜਿਹੜੀ ਇੱਕ ਆਪਣੀ ਡਿਸਪਲਿਨ ਨੂੰ ਤੋੜ ਕੇ ਇੱਕ ਉਹ ਨਿੱਜੀ ਅਟੈਕ ਕਰ ਰਿਹਾ, ਉਹ ਮਹਾਰਾਜ ਸਾਹਿਬ 'ਤੇ ਅਟੈਕ ਕਰ ਰਿਹਾ, ਜਿਹੜੀ ਉਹ ਭਾਸ਼ਾ ਵਰਤ ਰਿਹਾ, ਅਸੀਂ ਉਹਨੂੰ ਇਮਾਨਦਾਰ ਕਹਿ ਸਕਦੇ ਹਾਂ? ਬਹੁਤ ਅਫਸੋਸ ਆ ਇਸ ਗੱਲ ਦਾ, ਅਤੇ ਉਹ ਡਿਪਰੈਸ਼ਨ ਦੀ ਬੰਦਾ ਦਵਾਈ ਖਾਂਦਾ। ਨਾਲ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਤੁਸੀਂ ਉਹ ਚੋਣ ਕਮਿਸ਼ਨ ਦੇ ਲਾਇਆ ਸੀ, ਕਿਉਂਕਿ ਉੱਥੇ ਚੋਣ ਕਮਿਸ਼ਨ ਦਾ ਰਾਜ ਆ ਸਰਕਾਰ ਦਾ, ਸੁਭਾਵਿਕ ਹੈ ਉਸ ਤੋਂ ਬਾਅਦ ਹੁਣ ਵੀ ਜਿਹੜਾ ਹੈ ਹਰਦੀਪ ਸਿੰਘ ਉੱਥੇ ਲਾਏ ਨੇ SHO, ਉਹ ਵੀ ਚੋਣ ਕਮਿਸ਼ਨ ਨੇ, ਚੋਣ ਕਮਿਸ਼ਨ ਦੀ ਪੂਰੀ ਸਾਨੂੰ ਇਸ ਗੱਲ 'ਤੇ ਉਹਨਾਂ 'ਤੇ ਪੂਰਨਾ ਕਿ ਸਾਡੇ ਜਿਹੜੇ ਚੋਣ ਕਮਿਸ਼ਨਰ ਨੇ ਉਹ ਬਿਲਕੁਲ ਹੀ ਫਿਰ ਚੋਣ ਕਰਾਉਣਗੇ, ਨਿਰਪੱਖਤਾ ਨਾਲ ਹੋਊਗੀ, ਅਸੀਂ ਬੜੇ ਐਨ ਠਾਠਵਾਟ ਨਾਲ ਜਿੱਤ ਕੇ ਆਵਾਂਗੇ। ਓਕੇ ਡਾਕਟਰ ਸਾਹਿਬ, ਤੁਹਾਡੇ ਤੋਂ ਪਹਿਲਾਂ ਮੈਂ ਗਰੇਵਾਲ ਜੀ ਦੇ ਕਮੈਂਟਸ, ਮੈਂ ਇੱਕੋ ਚੀਜ਼ ਦੱਸਣੀ ਹੈ ਕਿ ਅੱਜ ਤੋਂ 3 ਮਹੀਨੇ ਪਹਿਲਾਂ ਇਹਨਾਂ ਦੀ ਸਰਕਾਰ ਨੇ, ਪੰਜਾਬ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ ਉਸੇ SHO ਨੂੰ ਉਹਦੀਆਂ ਸੇਵਾਵਾਂ ਲਈ ਸ਼ਲਾਘਾਯੋਗ ਜਿਹੜਾ ਅਵਾਰਡ ਦਿੰਦੇ ਆ ਉਹ ਅਵਾਰਡ ਦਿੱਤਾ ਸੀ ਕਿ ਬਹੁਤ ਅੱਛਾ ਕੰਮ ਕਰਦਾ ਇਹ, ਅਤੇ ਉਹ ਮੁੱਖ ਮੰਤਰੀ ਸਾਹਿਬ ਨੇ ਹੀ ਦਿੱਤਾ ਸੀ, ਔਰ ਉਹ ਫੋਟੋਗ੍ਰਾਫ ਵੀ ਆ ਗਏ ਨੇ, ਜੇ ਕਹੋ ਤਾਂ ਬਾਕੀ ਚੀਜ਼ਾਂ ਵੀ ਉਹਦੀਆਂ ਮੰਗਵਾ ਦਿੰਦੇ ਹਾਂ। ਅਤੇ ਇਸ ਕਰਕੇ ਜਦੋਂ ਗਲਤੇ ਸੁਣ ਲਓ, ਜੇ ਉਹਦਾ ਦਿਮਾਗ ਖਰਾਬ ਸੀ ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਕਿ ਡਿਪਰੈਸ਼ਨ ਦੀ ਦਵਾਈ ਖਾਂਦਾ, ਉਸ ਵੇਲੇ ਕੁਛ ਨਹੀਂ ਸੀ ਪਤਾ, ਉਸ ਵੇਲੇ ਉਹਦੀਆਂ ਸੇਵਾਵਾਂ ਬਹੁਤ ਅੱਛੀਆਂ ਲੱਗ ਰਹੀਆਂ ਸੀ। ਅਤੇ ਆਹ 3 ਮਹੀਨਿਆਂ ਦੇ ਪੀਰੀਅਡ ਦੇ ਅੰਦਰ ਹੀ ਕੀ ਹੋਇਆ ਕਿ ਜਦੋਂ ਉਹਨੇ ਪਰਚਾ ਦਰਜ ਕਰਤਾ ਕਿ ਉਹਦੇ 'ਤੇ ਸਾਰੀ ਕਾਰਵਾਈ, ਕਿ ਉਹਨੂੰ ਜੇਲ੍ਹ ਵੀ ਭੇਜੋ, ਸਭ ਕੁਛ ਕਰੋ ਉਹਦੇ 'ਤੇ, ਔਰ ਉਹਨੇ ਕੋਈ ਐਸੀ ਬਹੁਤ ਬੜੀ ਗੁਸਤਾਖੀ ਨਹੀਂ ਕੀਤੀ ਹੈ, ਉਹ ਤਾਂ ਆਪਦੇ ਲਈ ਸਿਕਿਉਰਿਟੀ ਮੰਗ ਰਿਹਾ ਕਿ ਮੈਨੂੰ ਖਤਰਾ ਹੈਗਾ। ਕਾਂਗਰਸ ਨੂੰ ਖਤਰਾ ਦੇ ਵਿੱਚ ਦੋ ਵੈਪਨ ਲੈ ਕੇ ਜਾਣੇ, ਇੱਕ ਸਰਕਾਰੀ ਅਤੇ ਪ੍ਰਾਈਵੇਟ, ਤੁਸੀਂ ਇਹਨੂੰ ਠੀਕ ਸਮਝਦੇ ਹੋ? ਤੁਸੀਂ ਇੱਕ ਨੈਸ਼ਨਲ ਚੈਨਲ 'ਤੇ ਆਪਾਂ ਬੋਲਦੇ ਹਾਂ, ਤੁਸੀਂ ਦੱਸੋ ਜ਼ਿੰਮੇਵਾਰ ਬੰਦਾ ਉਹ ਕੀ ਕਹਿ ਰਿਹਾ? ਉਹ ਆਪਣਾ ਮੁੰਡਾ ਪਾ ਕੇ ਟੀ ਸ਼ਰਟ ਪਾ ਕੇ ਅਤੇ ਉਹਨੂੰ ਕਿਸੇ ਨੇ ਜੇ ਫੜਨਾ ਹੁੰਦਾ, ਉਹ ਹੋਟਲ ਦੇ ਵਿੱਚ ਬੈਠਾ ਸੀ, ਹੋਟਲ 'ਚ ਉਹਨੂੰ ਫੜ ਲੈਂਦੇ, ਕੋਈ ਫੜਨ ਵਾਲੀ ਗੱਲ ਨਹੀਂ, ਤੁਹਾਨੂੰ ਬਿਨਾਂ ਵਜ੍ਹਾ ਤੋਂ ਡਰਮ, ਕਿਉਂਕਿ ਜਿਹੜੀ ਗੱਲ ਮਾਰਾ ਸਨਮਾਨ ਜਿੰਨੇ ਵੀ ਪੰਜਾਬ ਦੇ ਪੁਲਿਸ ਅਫਸਰ ਨੇ ਇਮਾਨਦਾਰੀ ਨਾਲ ਕੰਮ ਕਰਦੇ ਨੇ, ਉਹਨਾਂ ਨੂੰ ਬਿਲਕੁਲ ਜਿਹੜਾ ਉਹਨਾਂ ਬਣਦਾ ਸਤਿਕਾਰ ਦਿੱਤਾ ਜੂ। ਬਾਕੀ ਗੱਲ ਜਿਹੜੀ ਮੈਂ ਕਹੀ 170 ਦਿਨ ਦੀ, ਉਹ ਤਾਂ ਤੁਸੀਂ 2 ਦਿਨ ਆਪਣੀ ਦਵਾਈ ਨੂੰ ਮਿਸ ਕਰ ਜਾਓ ਤਾਂ ਤੁਹਾਨੂੰ ਬਿਮਾਰੀ ਉੱਥੇ ਚਲੀ ਜਾਂਦੀ ਆ, ਜਦੋਂ ਪਤਾ ਲੱਗਿਆ ਉਦੋਂ ਤੋਂ ਹੁੰਦਾ ਜੀ। ਖਨੌੜਾ ਜੀ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਕੇਸ ਦਰਜ ਹੋਇਆ ਉਸ ਤੋਂ ਬਾਅਦ ਦਵਾਈ ਦੀ ਆਪਾਂ ਜ਼ਿਕਰ ਕੀਤਾ, ਜਦੋਂ ਲਾਇਆ ਗਿਆ ਸੀਗਾ ਉਦੋਂ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਜਦੋਂ, ਦੇਖੋ ਇਹ ਰੁਟੀਨ ਆ, ਨਾ ਚੀਫ ਮਿਨਿਸਟਰ ਦਾ ਕੰਮ ਆ, ਸਿੱਧੂ ਸਾਹਿਬ SHO ਲੱਗਦੇ ਰਹਿੰਦੇ ਨੇ, ਬਦਲਦੇ ਰਹਿੰਦੇ ਨੇ, ਲੱਗਦੇ ਰਹਿੰਦੇ ਨੇ ਜੀ, ਪਰ ਜਦੋਂ ਹੁਣ ਚੋਣ ਆਈ ਆ ਉਦੋਂ ਤਾਂ ਚੋਣ ਕਮਿਸ਼ਨ ਨੇ ਲਾਇਆ। ਚਲੋ ਤੁਹਾਡਾ ਦਾਅਵਾ ਆ ਗਿਆ। ਡਾਕਟਰ ਭੀਮਿੰਦਰ, ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ ਲੈ ਕੇ, ਕੀ ਵਾਕਿਆ ਜਿਹੜਾ ਉੱਥੇ ਫੇਅਰ ਇਲੈਕਸ਼ਨ ਹੋਣਗੀਆਂ ਜਿੱਦਾਂ ਕਾਂਗਰਸ ਦਾਅਵਾ ਕਰ ਰਹੀ ਹੈ?
बिल्कुल कोई संभावना नहीं लगती जी इदां दी जे सानू ये जिहड़ा हैगा एक तुसी जिहड़ी आपां जिक्र चल रहे हैं ठाणेदार साहब इत्थों एक सानू इशारा मिल गया कि आने वाले समय के इदों भी ज़्यादा ज्यादतियां जिहड़ियां होण दीआं संभावनावां हैगीआं ने क्योंकि मैनूं लगता कि पुलिस का जिहड़ा इदां दा उहदा सियासीकरण कर देना यह एक इस मुद्दे दे अज दी गल नहीं होएगी यह भविख दे विच बहुत नुकसानदायक होएगा क्योंकि जे तुसी पुलिस नूं सियासीकरण इस तरह उहनूं सारा कुछ उहनूं बन दोगे तो वह अपने फैसले किवें लै सकेगी सो आने वाले समय के बहुत तेजी के नाल पंजाब के भविख के लिए बहुत वड्डा खतरा होएगा और ये जिहड़ियां चोणां ने इहदे विच लोग पहले ही डर के बाहर नहीं आउणगे जी तुसीं देख लैणा इहदे विच जिहड़ी चोणां वोटरां की गिनती होएगी बहुत घटेगी क्योंकि उन्होंने लगता कि यह शरेआम गुंडागर्दी होएगी बिल्कुल इस करके सानू यह जिहड़ा सियासीकरण जिहड़ा इस किस्म का पुलिस का हो रहा इहदे तों सुचेत होने की लोड़ है वोटरां नूं सिद्धू साहब कोई गल नहीं इन्हों पता कि साड़ी उत्ते जवान तो जब्त हो वड्डा कारण है कि जब पहला जिमनी चोणा हुई ने मैं बोलन दो मौका दो जी ਤੁਸੀਂ ਪਹਿਲਾਂ ਦੇਖੋ ਇਹਨਾਂ ਦਾ ਅੱਜ ਇਹਨਾਂ ਦਾ ਪਹਿਲਾਂ ਤਾਂ ਇਹੀ ਫੈਸਲਾ ਨਹੀਂ ਹੋ ਸਕਿਆ ਕਿ ਅਸੀਂ ਚੋਣ ਲੜੀਏ ਕਿ ਨਾ ਲੜੀਏ ਪਹਿਲਾਂ ਤਾਂ ਇਹਨਾਂ ਦਾ ਕੁਝ ਦਿਨ ਇਹੀ ਚੱਲਿਆ 50% ਇਹਨਾਂ ਜਿਹੜੇ ਆਗੂ ਤੇ ਉਹ ਕਹਿ ਰਹੇ ਸੀ ਚੋਣ ਨਹੀਂ ਲੜਨੀ ਚਾਹੀਦੀ ਅੱਧੇ ਕਹਿੰਦੇ ਸੀ ਸਾਨੂੰ ਲੜਨੀ ਚਾਹੀਦੀ ਆ ਪਹਿਲਾਂ ਇਹਨਾਂ ਨੇ ਤਲਵੰਡੀ ਸਾਬੋਂ ਲੜੀ ਚੋਣ ਉਹ ਤੋਂ ਬਾਅਦ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਇਹ ਜਦੇ ਵਿਦਡਰਾ ਕਰ ਗਏ ਉੱਤੇ ਦੋ ਇਹਨਾਂ ਨੇ ਚੋਣਾਂ ਲੜੀਆਂ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਕਿ ਸਾਡੇ ਨਾਲ ਕੁਛ ਹੋਊ ਗੁਰਦਾਸਪੁਰ ਦੀ ਚੋਣ 'ਚ ਹੋ ਚੁੱਕਿਆ ਅਤੇ ਅੱਜ ਤੁਹਾਨੂੰ ਇਹ ਗੱਲ ਦਾਵੇ ਨਾਲ ਕਹਿੰਦੇ ਓਕੇ ਤੁਹਾਡਾ ਜਵਾਬ ਆ ਗਿਆ ਡਾਕਟਰ ਸਾਹਿਬ ਇਹਨਾਂ ਦਾ ਕਹਿਣਾ ਕਿ ਇਹਨਾਂ ਨੂੰ ਡਰ ਹੈ ਇਸ ਗੱਲ ਦਾ ਆਮ ਆਦਮੀ ਪਾਰਟੀ ਨੂੰ ਕਿ ਜਮਾਨਤ ਜ਼ਬਤ ਵੀ ਹੋ ਸਕਦੀ ਇਸ ਕਰਕੇ ਪਹਿਲਾਂ ਐਲੀਗੇਸ਼ਨ ਲਾਉਣੇ ਸੀ ਬਿਲਕੁਲ ਜੇ ਸਾਨੂੰ ਡਰ ਹੁੰਦਾ ਅਸੀਂ ਮੈਦਾਨ 'ਚ ਆਉਣਾ ਹੀ ਨਹੀਂ ਸੀਗਾ ਸੋ ਸਾਨੂੰ ਸਾਡਾ ਇੱਕ ਗੱਲ ਹੋਰ ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜਿਹੜਾ ਸ਼ਾਹਕੋਟ ਦਾ ਵੋਟਰ ਹੈ ਉਹ ਬਾਕੀ ਪੰਜਾਬ ਨਾਲੋਂ ਬਹੁਤ ਚਤੰਨ ਹੈ ਬਹੁਤ ਪੜ੍ਹਿਆ ਲਿਖਿਆ ਵੋਟਰ ਹੈ ਬਾਹਰ ਪੂਰੇ ਪ੍ਰਵਾਸੀ ਬਹੁਤ ਲੋਕ ਉੱਥੇ ਵੱਸਦੇ ਨੇ ਪ੍ਰਵਾਸੀਆਂ ਦੇ ਦੁਆਬੀਏ ਬੜੇ ਸਿਆਣੇ ਦੁਆਬੀ ਸਿਆਣੇ ਮੰਨੇ ਜਾਂਦੇ ਨੇ ਔਰ ਉਹ ਮੈਨੂੰ ਲੱਗਦਾ ਕਿ ਲਾਜ਼ਮੀ ਤੌਰ ਤੇ ਉਹਨਾਂ ਦੀ ਚੋਣ ਜਿਹੜੀ ਹੈ ਇੱਕ ਸਹੀ ਸਾਡਾ ਜਿਹੜਾ ਆਮ ਆਦਮੀ ਦਾ ਉਮੀਦਵਾਰ ਹੈ ਉਹਨੂੰ ਚੁਣਨਗੇ ਔਰ ਸਾਨੂੰ ਜੋ ਰਿਸਪੌਂਸ ਮਿਲ ਰਿਹਾ ਹੈ ਸਾਡੇ ਪਿੰਡ ਪਿੰਡ ਲੋਕ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਰਹੇ ਹਾਂ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਔਰ ਲੋਕ ਕਹਿੰਦੇ ਨੇ ਵੀ ਤੁਸੀਂ ਤੁਹਾਡੇ ਵਰਗੇ ਲੋਕ ਅੱਗੇ ਆਉਣੇ ਚਾਹੀਦੇ ਨੇ ਤਾਂ ਕਿ ਅਸੀਂ ਰਾਜਨੀਤੀਜਾ ਜਿਹੜਾ ਬਦਲ ਹੈ ਉਹ ਅਸੀਂ ਦੇ ਸਕੀਏ ਚਲੋ ਮੈਂ ਬਹਿਸ ਨੂੰ ਜਿਹੜਾ ਹੈਗਾ ਅੱਗੇ ਵਧਾਉਂਦਾ ਹੋਇਆ ਗਰੇਵਾਲ ਜੀ ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ ਹਰ ਤੋਂ ਕਾਂਗਰਸ ਪਾਰਟੀ ਵੱਲੋਂ ਇਹ ਲਗਾਤਾਰ ਕਿਹਾ ਜਾ ਰਿਹਾ ਕਿ ਵਿਰੋਧੀ ਧਿਰ ਇਸ ਕਰਕੇ ਬਖਲਾਟ 'ਚ ਹੈ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋਣਗੀਆਂ ਜਾਂ ਹਾਰਨਗੇ ਜਿਹਦੇ ਕਰਕੇ ਪਹਿਲਾਂ ਹੀ ਇੱਦਾਂ ਦੇ ਐਲੀਗੇਸ਼ਨ ਲਾਉਣੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਕਾਂਗਰਸ ਨੂੰ ਇਹਦਾ ਮਤਲਬ ਦੋ ਹੀ ਲੋਕ ਦੱਸ ਸਕਦੇ ਹੁੰਦੇ ਆ ਕਿ ਨਤੀਜੇ ਕੀ ਹੋਣਗੇ ਇੱਕ ਤਾਂ ਦੱਸ ਸਕਦੇ ਜੋਤਸ਼ੀ ਦੂਸਰਾ ਕਾਂਗਰਸ ਜਿਹਨੇ ਧੱਕਾ ਕਰਨਾ ਹੁੰਦਾ ਤੇ ਇਹ ਦੋ ਹੀ ਗਰੇਵਾਲ ਜੀ ਪਰ ਅੱਜ ਦਾ ਆਪਣਾ ਮੁੱਦਾ ਨਹੀਂ ਕਰਨਾਟਕ ਦੀਆਂ ਵਿਧਾਨ ਸਭਾ ਕਰਨਾਟਕ ਵਿਧਾਨ ਸਭਾ ਦੀਆਂ ਇਲੈਕਸ਼ਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਹੀ ਇਹ ਬਿਆਨ ਦਿੱਤਾ ਹੈ ਕਿ ਉੱਥੇ ਜਿਹੜਾ ਸਫਾਇਆ ਹੋ ਜਾਏਗਾ ਕਾਂਗਰਸ ਪਾਰਟੀ ਦਾ ਆਮ ਆਦਮੀ ਉਹ ਤਾਂ ਅਸੀਂ 20 ਸਟੇਟਾਂ 'ਚ ਪਹਿਲਾਂ ਕਰਤਾ ਜੀ ਬਾਕੀਆਂ 'ਚ ਵੀ ਕਰਾਂਗੇ ਕਾਂਗਰਸ ਕਿੱਦਾਂ ਜਿਹੜੀ ਨਜ਼ੂਮੀਆਂ ਹੋ ਸਕਦੀ ਉਹ ਗੱਲ ਅਲੱਗ ਆ ਪਰ ਜਿਸ ਤਰ੍ਹਾਂ ਦੀ ਗੱਲ ਕਾਂਗਰਸ ਕਰ ਰਹੀ ਹੈ ਨਾ ਕਾਂਗਰਸ ਦਾ ਇੰਨਾ ਹੈ ਨਹੀਂਗਾ ਹੱਥ ਜੀ ਇਹਨਾਂ ਨੂੰ ਬੜੀ ਗਲਤ ਫਹਿਮੀ ਹੈ ਔਰ ਇਹਨਾਂ ਨੂੰ ਨਤੀਜੇ ਆਉਣ ਤੋਂ ਬਾਅਦ ਪਤਾ ਲੱਗਣਾ ਕਿ ਅਸੀਂ ਕਿਹੋ ਜਿਹੇ ਕੰਮ ਕੀਤੇ ਅਤੇ ਉਹਨਾਂ ਦਾ ਰਿਜ਼ਲਟ ਲੋਕ ਸਾਨੂੰ ਗਰੇਵਾਲ ਜੀ ਕਾਂਗਰਸ ਇਹ ਕਹਿ ਰਹੀ ਹੈ ਕਿ ਜਿਸ ਤਰੀਕੇ ਨਾਲ ਐਲੀਗੇਸ਼ਨ ਲੱਗ ਰਿਹਾ ਇਲੈਕਸ਼ਨ ਕਮਿਸ਼ਨ ਦੀ ਗੱਲ ਹੋ ਰਹੀ ਹੈ ਦੂਜੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ ਇਸ ਕਰਕੇ ਇਹਨੂੰ ਲੱਗਦਾ ਕਿ ਵੀ ਸ਼ਾਇਦ ਵਿਰੋਧੀ ਧਿਰਾਂ ਦੇ ਵਿੱਚ ਉਹ ਦਮ ਨਹੀਂ ਹੈ ਜਾਂ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ ਆਪਣੀ ਜਿੱਤ ਦੇਖੋ ਇਹ ਜਿੱਤ ਹਾਰ ਜਿਹੜੀ ਆ ਪਾਰਟ ਆਫ ਦਾ ਡੈਮੋਕ੍ਰੇਸੀ ਹੈ ਲੋਕਤੰਤਰ ਦਾ ਇੱਕ ਹਿੱਸਾ ਇਹਦੇ 'ਚ ਕੋਈ ਖਾਸ ਗੱਲ ਨਹੀਂ ਹੁੰਦੀ ਲੋਕਾਂ ਦਾ ਫਤਵਾ ਮੰਨਣਾ ਹੁੰਦਾ ਪਰ ਇਹਦੇ 'ਚ ਇਹ ਵੀ ਨਹੀਂ ਹੁੰਦਾ ਕਿ ਵੀ ਸਾਹਮਣੇ ਵਾਲੀ ਜਮਾਨਤੀ ਜ਼ਬਤ ਹੋ ਜਾਣੀ ਇਸ ਤਰ੍ਹਾਂ ਦਾ ਕੁਛ ਨਹੀਂ ਹੋਣ ਵਾਲਾ ਉੱਥੇ ਬਹੁਤ ਸਖਤ ਮੁਕਾਬਲਾ ਸਾਡਾ ਕਾਂਗਰਸ ਦੇ ਨਾਲ ਤੁਸੀਂ ਮੰਨਦੇ ਨਹੀਂ ਕਿ ਕਾਂਗਰਸ ਜਿਹੜੀ ਜਿੱਤ ਸਕਦੀ ਹੈ ਨਾ ਨਾ ਬਹੁਤ ਸਖਤ ਮੁਕਾਬਲਾ ਕੁਛ ਵੀ ਹੋ ਸਕਦਾ ਓਕੇ ਥੈਂਕ ਯੂ ਵੈਰੀ ਮੱਚ ਛੋਟੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਨੂੰ ਲੈ ਕੇ ਆ ਰਹੇ ਹਾਂ ਵਾਪਸ ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ ਅਸੀਂ ਚਰਚਾ ਕਰ ਰਹੇ ਹਾਂ ਸ਼ਾਹਕੋਟ ਵਿਧਾਨ ਸਭਾ ਦੇ ਉਪ ਚੁਣਾਅ ਦੇ ਉੱਤੇ ਪੋਲੀਟੀਕਲ ਪਾਰਟੀਆਂ ਕਿਸ ਤਰ੍ਹਾਂ ਕਰ ਰਹੀਆਂ ਨੇ ਦਾਅਵੇ ਖਨੌੜੇ ਜਦੋਂ ਆਪਾਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਦੀ ਸਰਕਾਰ ਦਾ ਇੱਕ ਸਾਲ ਦਾ ਸਮਾਂ ਗਰੇਵਾਲ ਜੀ ਨੇ ਬ੍ਰੇਕ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਬਹੁਤ ਸਖਤ ਮੁਕਾਬਲਾ ਹੈ ਕੀ ਲੱਗਦਾ ਹੈ ਕਿ ਸਖਤ ਮੁਕਾਬਲਾ ਹੈ ਜਾਂ ਉੱਥੋਂ ਦੇ ਵੋਟਰ ਜਿਹੜਾ ਇੱਕ ਸਾਲ ਦਾ ਜਿਹੜਾ ਸਵਾ ਸਾਲ ਦਾ ਸਮਾਂ ਲੰਘਿਆ ਕੈਪਟਨ ਅਮਰਿੰਦਰ ਦਾ ਉਹਦੀ ਜਿਹੜੀਆਂ ਪ੍ਰਾਪਤੀਆਂ 'ਤੇ ਲਾਉਣਗੇ ਮੋਹਰ ਸ਼ਾਹਕੋਟ ਦੇ ਦੁਆਬੀਏ ਬਿਲਕੁਲ ਅਸੀਂ ਜਿਹੜੀ ਵਿਕਾਸ ਦੇ ਮੁੱਦੇ 'ਤੇ ਚੋਣ ਲੜ ਰਹੇ ਹਾਂ ਇਹਦੇ ਵਿੱਚ ਕੋਈ ਦੋ ਰਾਹਾਂ ਨਹੀਂ ਅਤੇ ਸਾਨੂੰ ਉੱਥੇ 101% ਅਸੀਂ ਜਿੱਤ ਕੇ ਆਵਾਂਗੇ ਅਕਾਲੀ ਦਲ BJP ਦੀ ਜਿਹੜੀ ਉੱਥੇ ਆਪਦੇ ਹੀ ਉੱਥੇ ਇਹਨਾਂ ਦਾ ਬਹੁਤ ਗਰੁੱਪਿਜ਼ਮ ਆ ਉਹ ਦੇਖਣ ਨੂੰ ਅਸੀਂ ਮੈਨੂੰ ਆਪ ਜਾ ਕੇ ਮੈਂ ਉੱਥੇ ਜਾ ਕੇ ਆਇਆ ਉੱਥੇ ਦੇਖਣ ਦਾ ਮੈਨੂੰ ਮੌਕਾ ਮਿਲਿਆ ਗੱਲ ਕਰ ਰਹੇ ਨੇ ਭਾਈ ਸਾਹਿਬ ਆਮ ਆਦਮੀ ਪਾਰਟੀ ਵਾਲੇ ਜਿਹੜੇ ਵੀ ਬਾਹਰੋਂ ਕੁਛ ਬੰਦੇ ਉਹ ਇੱਕ ਵਾਰ ਭੁਲੇਖੇ ਜਾ ਗਏ ਉਹ ਆਏ
ਉਹਨਾਂ ਦੇ ਮਨ ਦੇ ਵਿੱਚ ਬੜਾ ਸੀ ਵੀ ਇਹ ਸਾਨੂੰ ਜਿਹੜੇ ਖਵਨੀ ਕੀ ਕੁਛ ਦੇਣਗੇ, ਕੀ ਪੰਜਾਬ ਨੂੰ ਬਚਾ ਲੈਣਗੇ। ਪਰ ਉਹ ਆ ਕੇ ਉਹਨਾਂ ਦਾ ਭੁਲੇਖਾ ਜਿਹੜਾ ਆ ਚੋਣ ਦੇ ਵਿੱਚ ਦੂਰ ਹੋਇਆ, ਕਿਉਂਕਿ ਇਹਨਾਂ ਕੋਲ ਅੱਜ ਤੱਕ ਪੰਜਾਬ ਦਾ ਕੋਈ ਲੀਡਰ ਹੀ ਨਹੀਂ ਚੁਣਿਆ ਗਿਆ ਵੀ ਅਸੀਂ ਕਮਾਂਡ ਕਿਵੇਂ ਦੇਣੀ ਆ। ਤੁਸੀਂ ਦੇਖੋ ਵਿਰੋਧੀ ਧਿਰ ਦੇ ਲੀਡਰ ਅੱਜ ਤੱਕ ਆਪਣੇ ਜਿਹੜਾ ਬੌਸ ਆ, ਜਿਹੜਾ ਮੇਨ ਕਨਵੀਨਰ ਨੇ ਆਪਣੇ ਕੇਜਰੀਵਾਲ ਸਾਹਿਬ, ਕੇਜਰੀਵਾਲ ਸਾਹਿਬ ਤੇ ਉਹ ਦਿੱਲੀ ਤੱਕ 5-7 ਦਿਨ ਬੈਠ ਕੇ ਆ ਗਏ, ਮਿਲ ਕੇ ਨਹੀਂ ਆ। 50-50 ਦਾ ਬਣਨੇ ਪੈਣੇ। ਕਰੋੜਾ ਜੀ ਬਿਲਕੁਲ ਜਿਹੜਾ ਹੈਗਾ ਤੁਹਾਡਾ ਆਪਣਾ ਦਾਅਵਾ ਹੋ ਸਕਦਾ, ਪਰ ਸਵਾਲ ਇਹ ਪੈਦਾ ਹੁੰਦਾ ਜਿੱਦਾਂ ਤੁਸੀਂ ਕਹਿ ਰਹੇ ਕਿ ਲੋਕਾਂ ਦੇ ਮਨਾਂ 'ਚੋਂ ਭੁਲੇਖਾ ਨਿਕਲ ਗਿਆ। ਕਾਂਗਰਸ ਪਾਰਟੀ ਬਾਰੇ ਵੀ ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ 7.5 ਸਾਲ ਸੀ, 77 ਸੀਟਾਂ ਜਿਹੜੀ ਕਾਂਗਰਸ ਜਿੱਤ ਕੇ ਆਈ ਆ, ਉਹ ਕਹਿੰਦੇ ਕਿ ਵਾਅਦੇ ਪੂਰੇ ਨਹੀਂ ਕੀਤੇ। ਕਾਂਗਰਸ ਬਾਰੇ ਵੀ ਲੋਕਾਂ ਦੇ ਮਨ 'ਚੋਂ ਭੁਲੇਖਾ ਨਿਕਲ ਗਿਆ, ਇਹਦਾ ਜਵਾਬ ਵੀ ਵਾਅਦੇ ਪੂਰੇ ਹੋ ਰਹੇ ਨੇ। ਸਿੱਧੂ ਸਾਹਿਬ, ਜ਼ਿਮੀਂਦਾਰਾਂ ਦਾ ਵਾਅਦਾ 5 ਕਿੱਲਿਆਂ ਤੱਕ 2 ਲੱਖ ਦਾ ਕਰਜ਼ਾ ਮਾਫ ਹੋ ਗਿਆ, ਜਿਹੜਾ ਕੇਬਲ ਦੇ ਉੱਪਰ ਜਿਹੜਾ ਮਾਫੀਆ ਉਹ ਹਟ ਗਿਆ, ਜਿਹੜੀ ਮਾਈਨਿੰਗ ਦੇ ਉੱਪਰ ਜਿਹੜਾ ਬਿਲਕੁਲ ਕੋਈ ਮਾਫੀਆ ਦਾ ਹੁਣ ਕੰਟਰੋਲ ਨਹੀਂ ਰਿਹਾ, ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਪੂਰੀ ਮਹਾਰਾਜ ਸਾਹਿਬ ਦੀ ਗ੍ਰਿਪ ਦੇ ਵਿੱਚ ਆ, ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਤੁਹਾਡੇ ਮੂਹਰੇ ਰਿਜ਼ਲਟ 30 ਤਰੀਕ ਨੂੰ ਆ ਜਾਣਾ। ਓਕੇ, ਡਾਕਟਰ ਭੀਮੇਂਦਰ ਕੀ ਕਹੋਗੇ ਕਿ ਜਿਹੜਾ ਆ ਰਿਹਾ ਹੈ ਉਹਦੇ 'ਚ ਲੱਗਦਾ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਹੱਕ 'ਚ ਮਿਲੇਗਾ ਫਤਵਾ, ਜਾਂ ਲੋਕਾਂ ਦਾ ਭੁਲੇਖਾ ਆਮ ਆਦਮੀ ਪਾਰਟੀ ਬਾਰੇ ਦੂਰ ਹੋਏਗਾ ਜਾਂ ਕਾਂਗਰਸ ਬਾਰੇ ਦੂਰ ਹੋਏਗਾ? ਦੇਖੋ, ਮੈਂ ਇਹ ਨਹੀਂ ਕਹਿੰਦਾ ਵੀ ਜਿੱਤ ਸਕਦੇ ਹੈ, ਪਰ ਉਹ ਜਿੱਤ ਧੱਕੇਸ਼ਾਹੀ ਦੀ ਹੋਏਗੀ, ਕਾਂਗਰਸ ਦੀ ਜਿੱਤ ਨਹੀਂ ਹੋਏਗੀ। ਜੇ ਧੱਕਾ ਚੱਲੇਗਾ ਜਿਵੇਂ ਅਸੀਂ ਦੇਖ ਰਹੇ ਹਾਂ, ਪਿਛਲੀਆਂ ਚੋਣਾਂ 'ਚ ਵੀ ਦੇਖਿਆ, ਤਾਂ ਲਾਜ਼ਮੀ ਤੌਰ 'ਤੇ ਜਿੱਤਣ ਦੀਆਂ ਸੰਭਾਵਨਾਵਾਂ ਕਾਂਗਰਸ ਦੀਆਂ ਹੈਗੀਆਂ ਨੇ। ਪਰ ਜੇ ਫਿਰ ਇਲੈਕਸ਼ਨ ਹੋਏਗੀ ਤਾਂ 3 ਧਿਰਾਂ ਦੀ ਟੱਕਰ ਹੈ, ਔਰ ਮੈਨੂੰ ਲੱਗਦਾ ਕਿ ਸਾਨੂੰ ਜਿਹੜਾ ਉੱਥੋਂ ਦਾ ਵੋਟਰ ਹੈ ਉਹਦੇ 'ਤੇ ਯਕੀਨ ਕਰਨਾ ਬਣਦਾ, ਔਰ ਉਹ ਲਾਜ਼ਮੀ ਤੌਰ 'ਤੇ ਚੰਗੇ ਜਿਹੜਾ ਹੈਗਾ ਚੰਗਾ ਉਮੀਦਵਾਰ ਰਤਨ ਸਿੰਘ ਜੀ ਉਹਨੂੰ ਆਮ ਆਦਮੀ ਨੂੰ ਚੁਣਨਗੇ। ਖਨੋੜੇ, ਜਿਸ ਤਰੀਕੇ ਨਾਲ ਜਿਹੜਾ ਇਹਨਾਂ ਨੇ ਕਿਹਾ ਹੈਗਾ ਕਿ ਵੀ ਉੱਥੇ ਜਿਹੜੇ ਪਿਛਲੀ ਵਾਰੀ ਜਿਹੜੇ ਪ੍ਰਵਾਸੀਆਂ ਦਾ ਬਹੁਤ ਵੱਡੀ ਹਮਾਇਤ ਮਿਲੀ ਹੈ, ਖਨੋੜਾ ਜੀ ਜਿਹੜਾ ਦਾਅਵਾ ਹੈਗਾ, ਹੁਣ ਇਹਦਾ ਕਹਿਣਾ ਕਿ ਉਹ ਭੁਲੇਖਾ ਨਿਕਲ ਗਿਆ, ਹੁਣ ਸ਼ਾਇਦ ਜਿਹੜੇ ਪ੍ਰਵਾਸੀ ਪੰਜਾਬੀ ਹੈਗੇ ਹੈ ਉਹ ਉਸ ਤਰ੍ਹਾਂ ਦੀ ਹਮਾਇਤ ਨਹੀਂ ਦੇਣਗੇ ਆਮ ਆਦਮੀ। ਸਿੱਧੂ ਸਾਹਿਬ, ਭੁਲੇਖਾ ਤਾਂ ਨਿਕਲਦਾ ਜੇ ਸਾਡੇ ਕੋਲ ਸੱਤਾ ਆਉਂਦੀ, ਅਸੀਂ ਉਹ ਸੱਤਾ ਦੇ ਵਿੱਚ ਫੇਲ ਹੋ ਜਾਂਦੇ ਜੀ, ਠੀਕ ਹੈ ਨਾ? ਫਿਰ ਉਹ ਕਹਿੰਦੇ ਵੀ ਤੁਸੀਂ, ਤੁਹਾਨੂੰ 5 ਸਾਲ ਦਿੱਤੇ ਸੀ ਇਸ ਕਰਕੇ ਤੁਸੀਂ ਕੁਛ ਨਹੀਂ ਕੀਤਾ, ਇਸ ਕਰਕੇ ਸਾਡਾ ਭੁਲੇਖਾ ਸੀ। ਜਦੋਂ ਸਾਡੇ ਕੋਲ ਸੱਤਾ ਹੀ ਕੋਈ ਨਹੀਂ ਆਈ ਤਾਂ ਉਹਨਾਂ ਦਾ ਭੁਲੇਖਾ ਕੋਈ ਭੁਲੇਖਾ ਨਹੀਂ ਸੀ। ਅੱਜ ਵੀ ਸਾਨੂੰ NRI ਵੱਲੋਂ ਪੂਰੀ ਸਪੋਰਟ ਹੈ, ਔਰ ਸਾਡਾ ਜਿਹੜਾ ਗ੍ਰਾਫ ਹੈ ਲਗਾਤਾਰ ਉੱਥੇ ਵੱਧ ਰਿਹਾ, ਖਾਸ ਤੌਰ 'ਤੇ ਦੁਆਬੇ ਦੇ ਵਿੱਚ, ਔਰ ਲਾਜ਼ਮੀ ਤੌਰ 'ਤੇ ਆਉਣ ਵਾਲੇ 22 ਦੇ ਵਿੱਚ ਸਾਡੀ ਸਰਕਾਰ ਜਿਹੜੀ ਆ ਰਹੀ ਹੈ। ਓਕੇ, ਖਨੋੜਾ ਜੀ, ਜਿਹੜੀ ਇਹ ਗੱਲ ਭੁਲੇਖੇ ਦੀ ਆ, ਭੁਲੇਖਾ ਕਿਉਂ, ਭੁਲੇਖਾ ਤਾਂ ਦੂਰ ਹੋ ਗਿਆ। ਅੱਜ ਇਹਨਾਂ ਨੂੰ ਮੈਨੂੰ ਇਹ ਦੱਸੋ ਵੀ ਉਹ ਲੀਡਰ ਕਿਹਨੂੰ ਮੰਨਣ? ਅੱਜ ਜਿਹੜੀ ਪੰਜਾਬ ਦੇ ਵਿੱਚ 2 ਗਰੁੱਪਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਵੰਡੀ ਹੋਈ ਆ, ਇਹਨਾਂ ਨੂੰ ਠੀਕ ਆ ਪੈਸਾ ਤਾਂ ਜ਼ਰੂਰ ਆ ਸਕਦਾ ਉੱਥੋਂ, ਪਰ ਵੋਟ ਨਹੀਂ ਆ ਸਕਦੀ। ਵੋਟ ਜਿਹੜੇ ਸ਼ਾਹਕੋਟ ਦੇ ਲੋਕ ਨੇ ਉਹ ਪਾਉਣਗੇ। ਹਾਂ, ਠੀਕ ਆ, ਇਹਨਾਂ ਨੂੰ ਪਹਿਲਾਂ ਵੀ ਫੰਡਿੰਗ ਆਉਂਦੀ ਰਹੀ ਆ, ਉਹ ਹੋ ਸਕਦਾ ਹੁਣ ਵੀ ਵੱਧ ਆ ਜੀ, ਉਹ 'ਚ ਕੋਈ ਦੋ ਰਾਹ ਨਹੀਂ। ਪਰ ਵੋਟਾਂ ਦਾ ਜਿਹੜੇ ਉੱਥੇ ਸੂਝਵਾਨ ਲੋਕ ਨੇ ਸ਼ਾਹਕੋਟ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ, ਜਿਵੇਂ 77 ਸੀਟਾਂ ਜਿੱਤ ਗਏ ਤੁਹਾਡੇ ਕੋਲ, ਅਸੀਂ 30 ਤਰੀਕ ਤੋਂ ਬਾਅਦ ਆਪਾਂ ਡਿਬੇਟ ਕਰਾਂ 78 'ਤੇ ਹੋਵਾਂਗੇ। ਯੈਸ ਬਿਲਕੁਲ, ਜਿਹੜਾ ਡਾਕਟਰ ਸਾਹਿਬ ਜਿਹੜਾ ਹੈਗਾ ਛੋਟਾ ਜਿਹਾ ਜਵਾਬ ਇਸ ਮੁੱਦੇ 'ਤੇ। ਦੇਖੋ ਜੀ, ਜਿਹੜੀ ਪਾਰਟੀ ਦੀ ਗੱਲ ਹੋ ਰਹੀ ਹੈ, ਪਾਰਟੀ ਦੇ ਵਿੱਚ ਛੋਟੇ ਛੋਟੇ ਗਰੁੱਪ ਹਰ ਪਾਰਟੀ 'ਚ ਹੁੰਦੇ ਨੇ, ਸਾਡੀ 'ਚ ਵੀ ਹੈਗੇ ਨੇ, ਮੈਂ ਮੰਨਦਾ ਬਿਲਕੁਲ। ਪਰ ਇਹਦਾ ਮਤਲਬ ਨਹੀਂ ਕਿ ਪਾਰਟੀ ਕੋਈ ਦੁਫਾੜ ਹੋ ਗਈ ਜਾਂ ਕੋਈ ਪਾਰਟੀ ਦੇ ਵਿੱਚ ਦੋ ਹਿੱਸੇ ਬਣ ਜੀ ਜੀ, ਬਿਲਕੁਲ ਸਾਡੀ ਪਾਰਟੀ ਇਕੱਠੀ ਹੈ, ਇਕੱਠੇ ਡਿਸੀਜਨ ਹੋ ਰਹੇ ਸਾਡੇ ਜਿਹੜੇ ਨੇ ਵਿਰੋਧੀ ਧਿਰ ਦੇ ਨੇਤਾ ਖਹਿਰਾ ਸਾਹਿਬ ਨੇ, ਅਤੇ ਉਹਨਾਂ ਦੇ ਨਾਲ ਪੂਰੀ ਟੀਮ ਹੈ, ਸਾਰੀ ਪਾਰਟੀ ਉਹਨਾਂ ਦੇ ਨਾਲ ਖੜੀ ਹੈ, ਔਰ ਕੇਜਰੀਵਾਲ ਹੋਰਾਂ ਦੀ ਪੂਰੀ ਸਪੋਰਟ ਜਿਹੜੀ ਹੈਗੀ ਆ, ਉਹਨਾਂ ਨੂੰ ਸਾਡੀ ਸੈਂਟਰ ਜਿਹੜੀ ਹੈ ਉਹਦੀ ਮਿਲ ਰਹੀ ਹੈ। ਓਕੇ, ਖਨੋੜਾ ਜੀ, ਕਾਫੀ ਦੇਰ ਤੋਂ ਗਰੇਵਾਲ ਸਾਹਿਬ ਇੰਤਜ਼ਾਰ ਕਰ ਰਹੇ ਹੈ। ਗਰੇਵਾਲ ਜੀ, ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਬਿਲਕੁਲ ਕੈਪਟਨ ਅਮਰਿੰਦਰ ਦੀ ਜਿਹੜੀ 7 ਸਾਲ ਦੀ ਸਰਕਾਰ ਹੋਣ ਜਾ ਰਹੀ ਹੈ ਉਹਦੇ ਹੱਕ 'ਚ ਫਤਵਾ ਦੇਣਗੇ ਦੁਆਬੇ ਦੇ ਲੋਕ? ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੀ ਗੱਲ ਦਾ ਜਵਾਬ ਦੇ ਦਿੰਦਾ ਜੀ। ਇੱਕ ਤਾਂ ਜਿਹੜਾ ਇਹਨਾਂ ਦੇ 5 ਮਿਨਿਸਟਰ ਬਾਹਰ ਹੋਏ ਨੇ ਕਰਪਸ਼ਨ ਚਾਰਜਸ ਲੱਗ ਕੇ, ਔਰ ਕਿਸੇ 'ਤੇ ਬਹੁਤ ਹੀ ਗਲਤ ਚਾਰਜਸ ਲੱਗੇ, ਬੋਲਣਾ ਨਹੀਂ ਚਾਹੁੰਦਾ। ਦੂਜਾ, ਪੰਜਾਬ ਦੇ ਲੋਕ, ਪੰਜਾਬ 'ਚ ਇਹਨਾਂ ਨੇ ਜਗ੍ਹਾ ਜਗ੍ਹਾ ਨਾਅਰੇ ਲਿਖੇ ਸੀ ਕੇਜਰੀਵਾਲ ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ, ਅੱਜ ਲੋਕ ਕਹਿੰਦੇ ਕੇਜਰੀਵਾਲ ਕੇਜਰੀਵਾਲ, ਇਹ ਕੀ ਹੋਇਆ ਤੇਰੇ ਨਾਲ? ਤਾਂ ਇਹ ਤਾਂ ਉਲਟਾ ਕੰਮ ਹੋ ਗਿਆ। ਔਰ ਇਹਨਾਂ ਨੇ ਗਰੇਵਾਲ ਜੀ, ਬਿਲਕੁਲ ਤੁਸੀਂ ਆਮ ਆਦਮੀ ਪਾਰਟੀ ਬਾਰੇ ਇਹ ਜਿਹੜਾ ਕਮੈਂਟਸ ਤੁਹਾਡੇ ਆਪਣੇ ਹੈਗੇ ਆ, ਪਰ ਪੰਜਾਬ ਦੇ ਲੋਕ ਇਹ ਵੀ ਤਾਂ ਦੇਖ ਰਹੇ ਆ ਕਿ ਜਿਹੜੀ ਪਾਰਟੀ ਲਗਾਤਾਰ 10 ਸਾਲ ਪਾਵਰ 'ਚ ਰਹੀ ਉਹ 3 ਨੰਬਰ 'ਤੇ ਚਲੀ ਗਈ। 3 ਨੰਬਰ 'ਤੇ ਜਾਣ ਨਾਲ ਜਗਤਾਰ ਜੀ ਕੋਈ ਫਰਕ ਨਹੀਂ ਪੈਂਦਾ, ਇਹ ਐਵੇਂ ਗਲਤ ਫਹਿਮੀ ਦੀਆਂ ਗੱਲਾਂ ਨੇ ਜੀ। ਅਸਲ 'ਚ ਪਾਰਟੀਆਂ ਉੱਪਰ ਨੀਚੇ ਹੁੰਦੀਆਂ ਰਹਿੰਦੀਆਂ ਨੇ, ਵੋਟ ਪਰਸੈਂਟੇਜ ਸਾਡੀ ਜ਼ਿਆਦਾ ਹੈਗੀ ਹੈ,
ਕਈ ਵਾਰ ਸੀਟਾਂ ਦਾ ਗਣਿਤ ਲੋਕਤੰਤਰ 'ਚ ਬਦਲ ਜਾਂਦਾ ਅਤੇ ਕੋਈ ਅਸੀਂ ਤੀਜੇ ਨੰਬਰ 'ਤੇ ਨਹੀਂ ਹੈ, ਉਹਦੇ ਨਾਲ ਅਸੀਂ ਦੂਸਰੇ ਨੰਬਰ 'ਤੇ ਹੀ ਹਾਂ। ਪਰ ਜਿਹੜੀ ਹੁਣ ਅਸੀਂ ਸਾਡੀ ਪਰਫੋਰਮੈਂਸ ਹੋ ਰਹੀ ਹੈ, ਪੋਲ ਖੋਲ ਰੈਲੀਆਂ ਹੋ ਰਹੀਆਂ ਨੇ, ਬਹੁਤ ਸਕਸੈਸ ਮਿਲ ਰਹੀ ਹੈ ਉਹਨਾਂ ਨੂੰ, ਜਗ੍ਹਾ ਜਗ੍ਹਾ ਸਾਡੇ ਕਾਰਜਕ੍ਰਮ ਹੋ ਰਹੇ ਨੇ, ਔਰ ਅਸੀਂ ਸਰਕਾਰ ਨੂੰ ਐਕਸਪੋਜ਼ ਕਰਨ 'ਚ ਕਾਮਯਾਬ ਵੀ ਹੋ ਰਹੇ ਹਾਂ, ਔਰ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ 'ਚੋਂ ਕੋਈ ਵਾਅਦਾ ਵੀ ਪੂਰਾ ਨਹੀਂ ਹੋਇਆ। ਚਲੋ ਇਹ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਅਕਾਲੀ ਦਲ ਬੀਜੇਪੀ ਨੂੰ ਸੈੱਟ ਲੱਗੀ ਪਿਛਲੀਆਂ ਵਿਧਾਨ ਸਭਾ ਇਲੈਕਸ਼ਨ ਦੇ 'ਚ, ਉਹ ਸੈਟਬੈਕ ਜਿਹੜੀ ਹੈਗੀ ਆ ਹੁਣ ਪੂਰੀ ਹੋ ਗਈ, ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਦਾ ਵਿਕਾਰ ਬਹਾਲ ਹੋਏਗਾ, ਜਿੱਤ ਸਕਦੀ? ਬਿਲਕੁਲ ਬਿਲਕੁਲ ਬਹਾਲ ਹੋਏਗਾ, ਔਰ ਤੁਸੀਂ ਆਉਣ ਵਾਲੇ ਟਾਈਮ 'ਚ ਜਿੱਦਾਂ ਜਿੱਦਾਂ ਦਿਨ ਪਾਸ ਹੁੰਦੇ ਜਾਣੇ ਆ ਉਹਦਾ ਲੋਕ ਯਾਦ ਕਰ। ਚਲੋ ਤੁਹਾਡੇ ਦਾਅਵੇ ਦੇ ਉੱਤੇ ਅਸੀਂ ਜਵਾਬ ਲੈਂਦੇ ਹਾਂ। ਖਨੌੜਾ ਜੀ, ਹੁਣ ਤੁਸੀਂ ਇਸ ਮੁੱਦੇ 'ਤੇ ਸਾਰੀਆਂ ਵੈਲਫੇਅਰ ਦੀਆਂ ਸਾਰੀਆਂ ਸਕੀਮਾਂ ਨੇ। ਓਕੇ ਓਕੇ, ਥੈਂਕ ਯੂ ਖਨੌੜਾ ਜੀ। ਇਹਨਾਂ ਦਾ ਕਹਿਣਾ ਕਿ ਅਕਾਲੀ ਦਲ ਆਪਣਾ ਵਿਕਾਰ ਬਹਾਲ ਕਰੇਗਾ ਸ਼ਾਹਕੋਟ ਦੀ ਇਲੈਕਸ਼ਨ ਜਿੱਤ ਕੇ। ਇਹ ਤੁਸੀਂ ਦੇਖੋ ਸਿੱਧੂ ਸਾਹਿਬ, ਵੀ ਅਕਾਲੀ ਦਲ ਦੇ ਨਾਲ ਬੀਜੇਪੀ ਵੀ ਆ, ਉੱਥੇ ਜਿਹੜੇ ਦੋਵੇਂ ਜਿਹੜੇ ਗਰੁੱਪ ਨੇ ਬੀਜੇਪੀ ਅਤੇ ਅਕਾਲੀ ਦਲ, ਉਹੀ ਇਕੱਠੇ ਨਹੀਂ ਉੱਥੇ ਦੇਖਣ ਨੂੰ ਮਿਲ ਰਹੇ ਹੈਗੇ। ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਜਿੱਤ ਪ੍ਰਾਪਤ ਕਰਨ ਦੀਆਂ ਗੱਲਾਂ ਕਰਦੇ ਨੇ? ਇਹ ਆਪਣੇ ਗਰੁੱਪਾਂ ਦੇ ਵਿੱਚ ਵੰਡੇ ਹੋਏ ਨੇ। ਇਸੇ ਤਰ੍ਹਾਂ ਜਿਵੇਂ ਆਪਣੇ ਭਾਈ ਸਾਹਿਬ ਨੇ, ਡਾਕਟਰ ਸਾਹਿਬ ਨੇ ਕਿਹਾ, ਮੈਂ ਹੈਰਾਨ ਹਾਂ ਅੱਜ ਤੱਕ ਕੇਜਰੀਵਾਲ ਸਾਹਿਬ ਆਏ ਨਹੀਂ, ਅਤੇ ਜਦ ਤੋਂ ਤੁਹਾਡਾ ਘਟਨਾਕ੍ਰਮ ਜਿਹੜਾ ਹੋਇਆ ਅੱਜ ਤੱਕ ਖਹਿਰਾ ਸਾਹਿਬ ਇੱਕ ਵਾਰ ਵੀ ਉਹਨਾਂ ਨੂੰ ਮਿਲੇ ਨਹੀਂ। ਉਹਨਾਂ ਨੇ ਕਿਹਾ ਸਾਨੂੰ ਆ ਕੇ ਪੰਜਾਬ ਦੇ ਵਿੱਚ ਮਿਲੋ, ਆ ਕੇ ਸਾਡੀ ਪੰਜਾਬ ਦੀ ਲੀਡਰਸ਼ਿਪ ਆ, ਅਤੇ ਉਹ ਲੋਕ ਸਾਰੇ ਦੇਖ ਰਹੇ ਨੇ। ਜਿਹੜਾ ਇੱਕ ਪਰਿਵਾਰ ਨੂੰ ਨਹੀਂ ਸਾਂਭ ਸਕਦਾ, ਜਿਸ ਘਰ ਨੂੰ ਫੇਲ ਕਰਨਾ ਹੋਵੇ ਸਿੱਧੂ ਸਾਹਿਬ, ਉਸ ਘਰ ਦੇ ਦੋ ਲਾਣੇਦਾਰ ਬਣਾ ਦਿਉ, ਉਹ ਘਰ ਕਦੇ ਕਾਮਯਾਬ ਨਹੀਂ ਹੁੰਦਾ। ਇਹ ਤਾਂ ਪੰਜਾਬ ਆ, ਇੱਥੇ ਇੱਕ ਦੀ ਗੱਲ ਚੱਲ ਰਹੀ ਜੀ। ਕਾਂਗਰਸ ਦੇ ਵਿੱਚ, ਕਾਂਗਰਸ ਦੇ ਵਿੱਚ ਵੀ ਬੜੀਆਂ ਤੜੇਬੰਦੀਆਂ। ਨੋ ਨੋ ਨੋ, ਰਾਹੁਲ ਗਾਂਧੀ ਜੀ, ਕੈਪਟਨ ਅਮਰਿੰਦਰ ਜੀ, ਰਾਹੁਲ ਗਾਂਧੀ ਦਾ ਮੁੱਦਾ ਨਹੀਂ ਹੈਗਾ ਇਹ। ਚੀਫ ਮਿਨਿਸਟਰ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ, ਇੰਡੀਆ ਦੇ ਸਾਡੇ ਜਿਹੜੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਜੀ ਨੇ ਚਲੋ ਜੋ ਹਦਾਇਤ ਕਰਦੇ ਉਸ ਤਰ੍ਹਾਂ। ਓਕੇ ਓਕੇ, ਡਾਕਟਰ ਭੀਮ, ਤੁਸੀਂ ਇਸ ਮੁੱਦੇ 'ਤੇ ਜਿਹੜਾ ਸੰਖੇਪ ਦੇ ਵਿੱਚ ਜਵਾਬ ਦਿਓ, ਕਿਉਂਕਿ ਸਾਡਾ ਮੁੱਦਾ ਕਾਂਗਰਸ ਦੀ ਤੜੇਬੰਦੀ ਜਾਂ ਆਪ ਦੀ ਤੜੇਬੰਦੀ ਨਹੀਂ, ਅਸੀਂ ਸ਼ਾਹਕੋਟ ਦੀ ਇਲੈਕਸ਼ਨ ਦੇ ਉੱਤੇ ਫੋਕਸ ਰੱਖਾਂਗੇ। ਦੇਖੋ, ਪਹਿਲੀ ਗੱਲ ਤਾਂ ਇਹ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਸ਼ਾਹਕੋਟ ਦੀ ਇਲੈਕਸ਼ਨ ਦੇ ਵਿੱਚ ਉਮੀਦਵਾਰ ਦੀ ਉੱਥੇ ਮਤਲਬ ਪੱਤਰ ਭਰੇ ਜਾ ਰਹੇ ਸੀ, ਯੈਸ, ਉੱਥੋਂ ਸਾਰੀ ਜਿਹੜੀ ਲੋਕਲ ਲੀਡਰਸ਼ਿਪ ਸੀ ਉਹ ਸਾਰੀ ਗੈਰ ਹਾਜ਼ਰ ਰਹੀ। ਔਰ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਬੁਰੀ ਤਰ੍ਹਾਂ ਜਿਹੜੀ ਕਾਂਗਰਸ ਹੈ ਫਟੀ ਹੋਈ ਹੈ। ਔਰ ਤੁਸੀਂ ਇੱਕ ਸਾਡੇ ਕੋਲ ਇਹਨਾਂ ਨੇ ਦੋ ਦੀ ਧੜਿਆਂ ਦੀ ਗੱਲ ਕੀਤੀ ਹੈ, ਇਹਨਾਂ ਦੇ ਸਿੱਧੂ ਧੜਾ ਵੱਖਰਾ, ਭੱਠਲ ਧੜਾ ਵੱਖਰਾ, ਬਾਜਵਾ ਧੜਾ ਵੱਖਰਾ, ਪਤਾ ਨਹੀਂ ਕਿੰਨੇ ਕੁ ਧੜੇ ਇਹਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਕਾਂਗਰਸ ਦੇ ਵਿੱਚ ਬਣੇ ਹੋਏ ਨੇ। ਸੋ ਇਸ ਕਰਕੇ ਇਹ ਕਹਿਣਾ ਜੀ ਇਹ ਧੜਿਆਂ 'ਚ ਵੰਡੀ ਹੋਈ ਹੈ, ਇਹ ਮੈਨੂੰ ਲੱਗਦਾ ਇਹ ਮੁੱਦਾ ਨਹੀਂ ਹੈ। ਸਾਨੂੰ ਸਾਡੀ ਪਾਰਟੀ ਬਿਲਕੁਲ ਇੱਕਜੁੱਟ ਹੈ, ਔਰ ਬੜੇ ਵੱਡੇ ਪੱਧਰ 'ਤੇ ਅਸੀਂ ਬਹੁਤ ਤਿਆਰੀ ਦੇ ਨਾਲ ਆਏ ਹਾਂ, ਔਰ ਲਾਜ਼ਮੀ ਤੌਰ 'ਤੇ ਜਿਹੜਾ ਸਾਡਾ ਵੋਟ ਬੈਂਕ ਹੈ ਪਹਿਲਾਂ ਨਾਲੋਂ ਵਧੇਗਾ, ਔਰ 22 ਦੇ ਵਿੱਚ ਸਾਡੀ ਜਿਹੜੀ ਹੈ ਸਰਕਾਰ ਬਣਨ ਜਾ ਰਹੀ ਹੈ ਜੀ। ਖਨੌੜਾ ਜੀ, ਤੁਸੀਂ ਕਮੈਂਟ ਕਰਨਾ ਚਾਹੁੰਦੇ ਹੋ? ਨਹੀਂ ਨਹੀਂ, ਮੈਂ ਹੈਰਾਨ ਹਾਂ ਭਾਈ ਸਾਹਿਬ ਤੋਂ, ਕਿੱਥੇ ਕਾਂਗਰਸ ਪਾਰਟੀ ਸਮੁੰਦਰਾ, ਇਹਨਾਂ ਦੀ ਇਕੱਲੀ ਦਿੱਲੀ ਦੇ ਵਿੱਚ ਪਹਿਲੀ ਵਾਰ ਸਰਕਾਰ ਹੈ ਸਾਡੇ ਉੱਥੇ, 15 ਸਾਲ ਲਗਾਤਾਰ ਜਿਹੜਾ ਦਿੱਲੀ ਦੇ ਵਿੱਚ ਰਾਜ ਕੀਤਾ ਸ਼੍ਰੀਮਤੀ ਸ਼ੀਲਾ ਦੀਕਸ਼ਿਤ ਨੇ, ਕਿੰਨੀ ਉੱਥੇ ਡਿਵੈਲਪਮੈਂਟ ਹੋਈ ਆ, ਇਹ ਦੋ ਸਟੇਟਾਂ ਵਿੱਚ ਪੰਜਾਬ ਦੇ ਵਿੱਚ ਆ ਕੇ ਛੁੱਟੀ ਹੋਈ, ਅਤੇ ਉਹਦੇ ਵਿੱਚ ਗਰੁੱਪ ਜਾਂਦੇ। ਚਲੋ, ਕਾਂਗਰਸ ਕਿੱਡਾ ਵੱਡਾ ਹੋਣਾ ਜੀ। ਮੈਂ ਇਸੇ ਮੁੱਦੇ 'ਤੇ ਤੁਹਾਡੇ ਕੋਲੋਂ ਜਿਹੜਾ ਜਵਾਬ ਲੈਣਾ ਚਾਹਾਂਗਾ ਕਿ 2019 ਦੇ ਵਿੱਚ ਪਾਰਲੀਮੈਂਟ ਦੀਆਂ ਇਲੈਕਸ਼ਨ ਵੀ ਆ ਰਹੀਆਂ, ਕੀ ਜਿਹੜੀ ਸ਼ਾਹਕੋਟ ਦੀ ਇਲੈਕਸ਼ਨ ਹੈਗੀ ਆ ਉਹਦਾ ਰਿਫਲੈਕਸ਼ਨ ਜਾ ਕੇ ਪੰਜਾਬ ਦੇ ਲੋਕ ਸੋਚਦੇ ਆ ਪਾਰਲੀਮੈਂਟ 'ਤੇ ਪਏਗਾ? ਬਿਲਕੁਲ 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 ਪਏਗਾ, ਬਿਲਕੁਲ ਪਏਗਾ। ਅਸੀਂ ਤਾਂ ਪਹਿਲਾਂ ਵੀ ਅਸੀਂ ਗੁਰਦਾਸਪੁਰ ਅੱਜ ਇਹ ਗੱਲ ਕਰਦੇ ਨੇ, ਸ਼ਾਹਕੋਟ ਇੱਕ ਵਿਧਾਨ ਸਭਾ ਲੋਕ ਸਭਾ ਦੀ ਅਸੀਂ 9 ਸੀਟਾਂ 'ਤੇ ਜਿੱਤ ਪ੍ਰਾਪਤ। ਚਲੋ, ਓਕੇ ਓਕੇ, ਮੈਂ ਉਹਦਾ ਜਵਾਬ ਜੀ ਗਰੇਵਾਲ ਜੀ ਤੁਹਾਡੇ ਤੋਂ ਵੀ ਸੰਖੇਪ ਦੇ ਵਿੱਚ ਕਿ ਕੀ ਪਾਰਲੀਮੈਂਟ ਦੀਆਂ ਇਲੈਕਸ਼ਨਾਂ 'ਤੇ ਸ਼ਾਹਕੋਟ ਦੀ ਇਲੈਕਸ਼ਨ ਦਾ ਪ੍ਰਭਾਵ ਪਏਗਾ, ਲੋਕਾਂ ਦੇ ਮੂਡ ਦਾ ਪਤਾ ਲੱਗੇਗਾ ਪੰਜਾਬੀਆਂ ਦਾ? 22 ਇਲੈਕਸ਼ਨ ਦਾ ਰਿਜ਼ਲਟ ਅਲੱਗ ਹੁੰਦੇ ਆ, ਉਦੋਂ ਜਨਰਲ ਇਲੈਕਸ਼ਨਸ ਨੇ, ਔਰ ਮੋਦੀ ਜੀ ਦੀ ਲੀਡਰਸ਼ਿਪ ਉਸ ਲੀਡਰਸ਼ਿਪ ਦੇ ਸਾਹਮਣੇ ਕੋਈ ਖੜਦਾ ਨਹੀਂ ਹੈ ਜੀ, ਤਾਂ ਸਾਡੇ ਹੱਕ 'ਚ ਫਤਵਾ ਜਾਣਾ ਅਕਾਲੀ ਭਾਜਪਾ ਜੀ। ਓਕੇ ਡਾਕਟਰ ਸਾਹਿਬ, ਦੇਖੋ ਇਹ ਜਿਹੜੀ ਜ਼ਿਮਨੀ ਇਲੈਕਸ਼ਨ ਹੁੰਦੀ ਹੈ ਇਹਦੇ ਵਿੱਚ ਇਹ ਸਾਰੀ ਜਿਹਦੇ ਕੋਲ ਸੱਤਾ ਹੁੰਦੀ ਹੈ ਉਹੀ ਉਹਦੇ 'ਤੇ ਅੱਗੇ ਜਿੱਤਦੀ ਹੈ। ਸੋ ਇਸ ਕਰਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹਦਾ 19 ਦੇ ਵਿੱਚ ਜਾਂ 22 ਦੇ ਵਿੱਚ ਕੋਈ ਅਸਰ ਪਏਗਾ। ਅਸੀਂ ਗਿੱਦੜਵਾ ਹਾਰ ਗਏ ਸੀ 19 ਦੇ ਵਿੱਚ, ਅਸੀਂ ਗਿੱਦੜਵਾ ਹਾਰ ਗਏ ਸੀ ਸਾਫਿਆ ਸਿੰਘ ਦੀ ਸਰਕਾਰ ਦੀ ਜੀ ਜੀ ਚੋਣ, ਮਨਪ੍ਰੀਤ ਸਿੰਘ ਬਾਦਲ ਨੂੰ ਹਾਰੇ ਉਹ ਤੁਹਾਡੀ ਆਪਣੀ ਗਲਤੀ ਕਰਦੇ ਨੋ 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 ਬਿਲਕੁਲ ਇਹ ਆਪਣੀ ਸਾਡੀ ਸੋਚ ਮਨ ਸਮਝਾਉਣ ਦੀਆਂ ਗੱਲਾਂ ਨੇ। ਸੋ ਮੈਂ ਇਹ ਕਹਿਣਾ ਕਿ 19 ਦੇ ਵਿੱਚ ਇਹ ਸਾਰਾ ਕੁਛ ਜਿਹੜਾ ਹੈ ਬਿਲਕੁਲ ਉਲਟ ਪੁਲਟ ਹੋ ਜਾਏਗਾ, ਔਰ ਸਾਡੀ ਜਿਹੜੀ ਆਮ ਆਦਮੀ ਪਾਰਟੀ 19 ਦੇ ਵਿੱਚ ਵੱਡੇ ਪੱਧਰ 'ਤੇ ਜਿੱਤ ਪ੍ਰਾਪਤ ਕਰੇਗੀ। ਪੁਰਾਣੇ ਚਾਰ ਗਰੇਵਾਲ ਜੀ ਮੁਸਕਰਾ ਰਹੇ ਆ, ਪੁਰਾਣੇ ਚਾਰ MP ਸਾਹਿਬ ਲੈਣ ਜਿਹੜੇ ਇਹਨਾਂ ਨੇ ਜਿੱਤੇ ਸੀ, ਅਗਲੀਆਂ ਤਾਂ ਕੀ ਜਿੱਤਣੀਆਂ। ਚਲੋ, ਪੋਲੀਟੀਕਲ ਪਾਰਟੀਆਂ ਦਾ ਆਪਣਾ ਇਹਦਾ ਕਿੱਦਾਂ ਨਹੀਂ ਹੈ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਸੀ ਸ਼ਾਹਕੋਟ ਦੀ ਇਲੈਕਸ਼ਨ ਨੂੰ ਲੈ ਕੇ ਜਿਹੜਾ ਹੈਗਾ, ਕੁਝ ਕਮੈਂਟ ਕਰ ਰਹੇ ਸੀ ਸ਼ਾਹਕੋਟ ਦੀ ਇਲੈਕਸ਼ਨ ਦੇ ਮੁੱਦੇ ਤੇ, ਮੈਂ ਜਾਣਨਾ ਚਾਹੁੰਦਾ ਕਿ ਲੱਗਦਾ ਕਿ ਪਾਰਲੀਮੈਂਟ ਦੇ ਉੱਤੇ ਅਸਰ ਪੈ
उस तरीके से पंजाब के अंदर जी मुख्य राजनीतिक रहे श्रोमणी अकाली दल भारतीय जनता पार्टी कांग्रेस आम आदमी पार्टी तिना का जोड़ा वकार है दाते लगा हुआ है राजनीतिक तरह का अपना अपना दावा होंगे शाहकोट की इलैक्शन की जी है पार्लीमेंट दलैक्शन भी पंजाबियों संकेत देगी कि किधर जा रहे हैं पंजाबी आने वाले दिन करे इन मुद्दों का फैसला इन मुद्दों पर आने के लिए मैं एक बार मुड़ अपने मेहमानों का धनवादी हैं दर्शक बने रहेंगे साढ़े प्रोग्रामों के नाल।